ਕੀ ਮਾਂ ਨਾਲੋਂ ਵੱਧ ਕਿਸੇ ਦਾ ਪਿਆਰ ਆਪਣੇ ਬੱਚੇ ਨਾਲ ਹੋ ਸਕਦਾ ਪਰ ਮਾਂ ਵੀ ਨਹੀਂ ਛੱਡਦੀ ਪਰ ਇੱਥੋਂ ਦਾ ਅਖੌਤੀ ਧਾਰਮਿਕ ਲੋਕਾਂ ਦੀ ਮਰਿਆਦਾ ਵੇਖੋ ਕਿੰਨੀ ਵੱਡੀ ਸੀ ਕੀ ਮਰਿਆਦਾ ਬਣਾਤੀ ਜੇ ਪਤੀ ਚੜ੍ਹਾਈ ਕਰੇ ਤੇ ਔਰਤ ਨੂੰ ਨਾਲ ਚਿਖਾ ਵਿੱਚ ਸੌੜ ਦਿਓ ਸਤੀ ਪ੍ਰਥਾ ਉਹਨੂੰ ਕਹਿੰਦੇ ਸੀ ਕਹਿੰਦੇ ਤੇ ਭਾਗਾਂ ਵਾਲੀ ਔਰਤ ਨੂੰ ਮਿਲਦੀ ਹੈ ਇਹ ਕੁਰਬਾਨੀ ਤੇ ਭਾਗਾਂ ਵਾਲੀ ਔਰਤ ਹੀ ਇਸੇ ਆਉਂਦੀ ਹੈ ਅੱਛਾ ਜੇ ਪਤਨੀ ਚੜ੍ਹਾਈ ਕਰ ਜਾਏ ਤੇ ਮਰਦ ਵਾਸਤੇ ਦੂਜਾ ਰਿਸ਼ਤਾ ਆ ਜਾਂਦਾ ਸੀ ਇਹ ਬਾਣੀ ਚ ਲਿਖਿਆ ਭੰਡ ਮੂਆ ਭੰਡ ਭਾਲੀਏ ਭੰਡ ਦਾ ਅਰਥ ਔਰਤ ਪਹਿਲੀ ਪਤਨੀ ਜੇ ਚੜ੍ਹਾਈ ਕੀਤੀ ਦੀ ਚਿਖਾ ਛੰਡੀ ਨਹੀਂ ਹੋਈ ਤੇ ਦੂਜੀ ਘਰ ਚ ਗੱਲਾਂ ਚੰਨ ਲੱਗ ਪੀਆਂ ਰਿਸ਼ਤਾ ਕਰ ਦिए ਬੱਚੇ ਵੇ ਅੱਛਾ ਕਮਾਲ ਦੀ ਗੱਲ ਬੰਦੇ ਦੇ ਬੱਚੇ ਵਿਆਹਣ ਜੋਗੇ ਹੋਏ ਆ ਤੇ ਘਰ ਚ ਰਿਸ਼ਤੇ ਦੀ ਗੱਲ ਚੱਲ ਰਹੀ ਆ ਕਿ ਪੋਤੜਾ ਦੇ ਵਿਆਹ ਹੋ ਜਾਣਾ ਇਹਨੂੰ ਰੋਟੀ ਕੌਣ ਖਵਾਉ ਔਰਤ ਬਾਰੇ ਕਿਸੇ ਨੇ ਨਹੀਂ ਸੋਚਿਆ ਅਜੇ ਔਰਤ ਦੇ ਬੱਚੇ ਕਈ ਵਾਰੀ ਛੋਟੇ ਵੀ ਹੁੰਦੇ ਨੇ ਫੇ ਵੀ ਵਿਚਾਰੀ ਸਮਝਾਉਂਦਾ ਕਰਕੇ ਆਪਣੇ ਬੱਚਿਆਂ ਦੇ ਸਰ ਤੇ ਸਾਰਾ ਜੀਵਨ ਗੁਜ਼ਾਰ ਲੈਂਦੀ ਹੈ ਸਬਰ ਦੀ ਜਦੋਂ ਗੱਲ ਆਏਗੀ ਨਾ ਭਾਵੇਂ ਆਪਾਂ ਮਰਦ ਬੈਠੇ ਆ ਜੀ ਇੱਕ ਮੈਂ ਬੇਨਤੀ ਕਰਾਂ ਔਰਤ ਦੇ ਜਿੰਦਗੀ ਵਿੱਚ ਜਿਹੜਾ ਸਬਰ ਇਹਨਾਂ ਦਾ ਮੁਕਾਬਲਾ ਦੁਨੀਆ ਦੇ ਅੰਦਰ ਕੋਈ ਨਹੀਂ ਕਰ ਸਕਦਾ ਜਿਹੜਾ ਸਬਰ ਵਾ ਘਰਾਂ 'ਚ ਆਪਾਂ ਵੇਖਦੇ ਹੀ ਆ ਕਈ ਵਾਰੀ ਚੀਜ਼ ਬਣੀ ਹੁੰਦੀ ਹੈ ਪਤਾ ਵੀ ਹੁੰਦਾ ਵੀ ਚੀਜ਼ ਸਾਰੇ ਪਰਿਵਾਰ ਦੇ ਜੀਆਂ ਨੂੰ ਪਾ ਕੇ ਦੇ ਦਿੰਦੀ ਹੈ ਥੋੜੀ ਜੀ ਖਾਣ ਵਾਲੀ ਉਹਨੇ ਆਪਣੇ ਵਾਸਤੇ ਰੱਖੀ ਹੈ ਮਗਰੋਂ ਕੋਈ ਪਰਿਵਾਰ ਦਾ ਜੀ ਹੋਰ ਮੰਗਦਾ ਹੈ ਮੰਨ ਲਓ ਖੀਰ ਬਣੀ ਉਹ ਕਹਿੰਦਾ ਮਾਂ ਹੈਗੀ ਹੈ ਤੇ ਮਾਂ ਆਪਣੇ ਹਿੱਸੇ ਦੀ ਵੀ ਬੱਚੇ ਨੂੰ ਖਵਾ ਦਿੰਦੀ ਹੈ ਕਹਿੰਦੀ ਤੂੰ ਖਾ ਲਾ ਪਤਾ ਵੀ ਹੁੰਦਾ ਘਰ ਦੇ ਜੀਆਂ ਨੂੰ ਵੀ ਇਹ ਮਾਂ ਨੇ ਆਪਣੇ ਜੋਗੀ ਬੋਲੋ ਜੀ ਇਹ ਵੱਖਰੀ ਗੱਲ ਜਦ ਬੱਚਿਆਂ ਦੀ ਵਾਰੀ ਆਉਂਦੀ ਉਹ ਅੰਦਰ ਵੜਵੜ ਕੇ ਖਾ ਲੈਂਦੇ ਇਹ ਵੱਖਰੀ ਗੱਲ ਉਹ ਵੱਖਰੀ ਗੱਲ ਹੈ ਕਿ ਉਹ ਡਰਾਈ ਫਰੂਟ ਤੇ ਚੰਗੀਆਂ ਚੀਜ਼ਾਂ ਅੰਦਰ ਵੜਵੜ ਕੇ ਖਾ ਲੈਂਦੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਸਲੂਟ ਹੈ ਉਹਨਾਂ ਬੱਚਿਆਂ ਨੂੰ ਜਿਹੜੇ ਸਭ ਤੋਂ ਪਹਿਲਾਂ ਆਪਣੀ ਮਾਂ ਦੀ ਰਿਸਪੈਕਟ ਕਰਦੇ ਨੇ ਆਪਣੇ ਪਿਤਾ ਦੀ ਰਿਸਪੈਕਟ ਕਰਦੇ ਨੇ ਸਿਰ ਝੁਕਦਾ ਉਹਨਾਂ ਦਾ ਪਰ ਅੱਜ ਹੈ ਤਾਂ ਜੇ ਇਦਾਂ ਸਾਰੇ ਕਰਦੇ ਹੋਣ ਤੇ ਬਿਰਦ ਆਸ਼ਰਮਾਂ ਚ ਬਜ਼ੁਰਗ ਰੋਣ ਲੱਗਿਓ ਮੈਂ ਸਿਰਫ ਇਹ ਨਹੀਂ ਬੇਨਤੀ ਕਰਨ ਚ ਆਏ ਗੁਰਦੁਆਰੇ ਮੱਥਾ ਟੇਕ ਕੇ ਗੱਲ ਮੈਂ ਸਮਝੋ ਵੀ ਪਾਤਸ਼ਾਹ ਦਾ ਕਿੰਨਾ ਵੱਡਾ ਕਰਤਾਰ ਹੈ ਉਹ ਵਿੱਚ ਪੈਪੇ ਲੜਾਈਆਂ ਮਕਾਉਂਦੇ ਨੇ ਜਿਹੜਾ ਅੱਜ ਔਰਤ ਦਾ ਪੁਨਰ ਵਿਆਹ ਜੇ ਕਿਤੇ ਉਹਦਾ ਪਤੀ ਛੋਟੀ ਉਮਰ ਚੜਾਈ ਕਰ ਜਾਏ ਤੇ ਦੋਨਾਂ ਪਰਿਵਾਰਾਂ ਦੀ ਸਹਿਮਤੀ ਹੋਵੇ ਤੇ ਉਸ ਬੱਚੀ ਦਾ ਦੁਬਾਰਾ ਘਰ ਵਸਾਇਆ ਜਾ ਸਕਦਾ ਹੈ ਇਸ ਦੇਸ਼ ਵਿੱਚ ਕਿਸੇ ਨੇ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ ਆ ਤੋ ਧਾਨੂ ਗੁਰੂ ਨਾਨਕ ਸਾਹਿਬ ਦਾ ਕਰਸੀ ਧਾਨੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਿੰਨਾ ਵੱਡਾ ਸਮਾਸ ਸਿਹਾਰ ਕੰਮ ਹੋਏਗਾ ਹੁਣ ਮੈਂ ਲੜੀ ਆ ਨਾ ਇਥੇ ਗੁਰੂ ਅਮਰਦਾਸ ਜੀ ਬੀਬੀਆਂ ਦੇ ਹੱਕ ਚ ਆਵਾਜ਼ ਬੁਲੰਦ ਕਰਦੇ ਨੇ ਇਥੇ ਗੁਰੂ ਤੇਗ ਬਹਾਦਰ ਸਾਹਿਬ ਜਰੋਂ ਰਾਜਿਆਂ ਦੀ ਆਪਸ ਵਿੱਚ ਲੜਾਈ ਹੁੰਦੀ ਆ ਉਹ ਕਹਿੰਦੇ ਕਿਸੇ ਆਮ ਪਰਿਵਾਰ ਦੇ ਘਰੋਂ ਅਰਥੀ ਉਠੂਗੀ ਆਪਾਂ ਲੜਾਈਆਂ ਮੁਕਾਈਏ ਇਹ ਚ ਕੁਝ ਨਹੀਂ ਬਚਿਆ ਪਾਸ਼ਾ ਵਿੱਚ ਪਏ ਨੇ 1665 ਦੇ ਵਿੱਚ ਬਾਕਸ਼ਾ ਜੀ ਪ੍ਰਚਾਰ ਦੌਰਿਆਂ ਤੇ ਜਾਂਦੇ ਨੇ ਪਟਨਾ ਸਾਹਿਬ ਦੀ ਧਰਤੀ ਤੇ ਨੇ ਉਸ ਵਕਤ 66 ਵਿੱਚ ਗੋਬਿੰਦ ਰਾਏ ਪਹਿਲਾ ਉਹਦਾ ਨਾਮ ਹੈ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ ਮਾਤਾ ਗੁਜਰ ਕੌਰ ਜੀ ਦੀ ਕੁਖ ਤੋਂ 70 ਦੇ ਵਿੱਚ ਉਹ ਵਾਪਸ ਆਉਂਦੇ ਨੇ ਹੁਣ ਅੰਦਾਜ਼ਾ ਲਾਓ ਤੁਸੀਂ 3 3.5 ਸਾਲ ਬਾਅਦ ਘਰ ਦੇ ਵਿੱਚ ਗੋਬਿੰਦ ਰਾਏ ਜੀ 3.5 ਸਾਲ ਦੇ ਕਰੀਬ ਹੋ ਚੁੱਕੇ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਹਿਲੀ ਵਾਰ ਆਪਣੇ ਸਾਹਿਬਜ਼ਾਦੇ ਨੂੰ ਵੇਖਦੇ ਨੇ ਜਾਨੀ ਕਿ ਜਦੋਂ ਜਨਮ ਹੁੰਦਾ ਉਹ ਤੋਂ ਗੁਰੂ ਤੇਗ ਬਹਾਦਰ ਸਾਹਿਬ ਘਰ ਨਹੀਂ ਸੀ ਹੈਗੇ ਗ੍ਰਸਤੀ ਬੈਠੇ ਹੋ ਤੁਸੀਂ ਮੇਰੇ ਭਰਾ ਬਜ਼ੁਰਗ ਮੇਰੀਆਂ ਭੈਣਾਂ ਬੈਠੀਆਂ ਨੇ ਘਰ 'ਚ ਬਾਲ ਹੋਣ ਵਾਲਾ ਹੋਵੇ ਨਾ ਆਮ ਇੱਛਾ ਕੀ ਹੁੰਦੀ ਹੈ ਵੀ ਘਰ ਦਾ ਜਿਹੜਾ ਬਾਪ ਆ ਨਾ ਬੱਚੇ ਦਾ ਉਹ ਘਰ ਦੇ ਵਿੱਚ ਹੋਵੇ ਜੇ ਘਰ ਵਿੱਚ ਨਾ ਹੋਵੇ ਤਾਂ ਕਮ ਸਿਕਾਂ ਲਾਗੇ ਰਵੇ ਕੋਈ ਦੁੱਖ ਸੁੱਖ ਅਭੀ ਨਭੀ ਹੋਏਗੀ ਕੋਈ ਮੁਸ਼ਕਲ ਆਏਗੀ ਤੇ ਉਹ ਨਾਲ ਜੱਠਣ ਵਾਸਤੇ ਤਿਆਰ ਹੋਏਗਾ ਘਰ ਘਰ ਚ ਬੱਚੇ ਨੇ ਜਨਮ ਲਿਆ ਹੋਵੇ ਤੇ ਬੰਦਾ ਦੌੜ ਦੌੜ ਕਾਲਾ ਪਿਆਂਦਾ ਮੈਂ ਜਾ ਕੇ ਆਪਣੇ ਪੋਤਰਾ ਚਿਹਰਾ ਵੇਖਾਂ ਮੈਂ ਆਪਣੇ ਬੱਚੇ ਨੂੰ ਆਪਣੇ ਸੀਨੇ ਨਾਲ ਲਾਵਾਂ ਉਹਦਾ ਮੱਥਾ ਚੁੰਮਾਂ ਕਿਉਂਕਿ ਔਲਾਦ ਪਿਆਰੀ ਹੈ ਬੱਚਾ ਪਿਆਰਾ ਹੁੰਦਾ ਭਾਵੇਂ ਪੋਤੇ ਭਾਵੇਂ ਧੀ ਆ ਹੁਣ ਇਹ ਗੱਲਾਂ ਸਿੱਖਣ ਦੀ ਜ਼ਰੂਰ ਸੀ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਚ ਬਾਲਕ ਜਨਮ ਲੈਂਦੇ ਨੇ ਤੇ ਤਿੰਨਾਂ ਸਾਢੇ ਤਿੰਨਾਂ ਸਾਲ ਇਹਦਾ ਮਤਲਬ ਬੱਚੇ ਨਾਲੋਂ ਆਪਣੇ ਸਹਬਜ਼ਾਦੇ ਨਾਲੋਂ ਵੀ ਕੋਈ ਹੋਰ ਜ਼ਰੂਰੀ ਕੰਮ ਹੈਗਾ ਸੀ ਜਿਮੇਵਾਰੀਆਂ ਵੀ ਨਭਾਈਆਂ ਨਾਲ ਪਾਤਸ਼ਾਹ ਜੀ ਨੇ ਪਰ ਨਾਲ ਪਾਤਸ਼ਾਹ ਜੀ ਨੇ ਸਮਾਜ ਸੁਧਾਰਤ ਨੂੰ ਵੀ ਪਹਿਲ ਦਿੱਤੀ ਹੈ ਜਿਹੜੀਆਂ ਅੱਜ ਸਾਡੇ ਜੀਵਨ ਜੋ ਮਰ ਯਾਦ ਰੱਖਣਾ ਜਿਹੜੇ ਲੋਕ ਜਿਨ੍ਹਾਂ ਲਈ ਜ਼ਿੰਦਗੀ ਜੀਉਂਦੇ ਨੇ ਜਦੋਂ ਉਹ ਦੁਨੀਆ ਤੋਂ ਜਾਂਦੇ ਨੇ ਅੱਖਾਂ 'ਚ ਹੰਝੂ ਵੀ ਉਹਨਾਂ ਦੇ ਹੁੰਦੇ ਨੇ ਹੁਣ ਮੰਨ ਲਓ ਇੱਕ ਬੰਦਾ ਆਪਣੇ ਬੱਚਿਆਂ ਲਈ ਜ਼ਿੰਦਗੀ ਜੀਉਂਦਾ ਹੈ ਜਦੋਂ ਚੜ੍ਹਾਈ ਕਰਦਾ ਹੈ ਨਾ ਉਹ ਬੱਚੇ ਮਾੜਾ ਮੋੜ ਰੋਣਗੇ ਗਵਾਂਡੀਆਂ ਨੂੰ ਕੀ ਮਤਲਬ ਹੈ ਉਹ ਕਹਿੰਦੇ ਸਾਡੇ ਲਈ ਜੀਉਂਦਾ ਸੀ ਪਰ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਦੀ ਧਰਤੀ ਦੇ ਚਾਂਦਨੀ ਚੌਕ ਵਿੱਚ ਸਾਡ ਦਾ ਜਾਂਮ ਪੀਂਦੇ ਨੇ ਇਤਿਹਾਸ ਦੱਸਦਾ ਹੈ ਭਾਰਤ ਦੇ ਦੇਸ਼ ਅੰਦਰ ਬਹੁਤ ਲੋਕਾਂ ਨੇ ਉਸ ਰਾਤ ਆਪਣੇ ਚੁੱਲ੍ਹੇ 'ਚ ਅੱਗ ਨਹੀਂ ਪਾਈ ਕਿ ਕਿਦਾਂ ਰੋਟੀ ਖਾਈ ਅੱਜ ਸੱਚ ਫਾਂਸੀ ਚੜ ਗਿਆ ਸਾਡੇ ਬਦਲੇ ਆਵਾਜ਼ ਬੁਲੰਦ ਕਰਨ ਵਾਲੇ ਅੱਜ ਦਿੱਲੀ ਦੇ ਚਾਂਦਨੀ ਚੌਕ ਵਿੱਚ ਸਾਡ ਦਾ ਜਾਂਮ ਪੀ ਗਏ ਨਹੀਂ ਤੇ ਇਥੇ ਇੱਕ ਮੱਲੇ ਵਿੱਚ ਕਿਸੇ ਦਾ ਚੜਾਈ ਕੀਤਾ ਹੋਵੇ ਤੇ ਦੂਜੇ ਮੱਲੇ 'ਚ ਲੋਕ ਖੁਸ਼ੀਆਂ ਮਨਾ ਰਹੇ ਹੁੰਦੇ ਨੇ ਉਹ ਕੋਈ ਤਾਂ ਸਾਨੂੰ ਸਾਡੇ ਲਈ ਹੋਇਆ ਦੁਨੀਆ ਚੱਲਦੀ ਹੈ ਪਰ ਪਾਦਸ਼ਾਹ ਧਾਨਗੁਰੂ ਤੇਗ ਬਹਾਦਰ ਮਹਾਰਾਜ ਇੱਕ ਕਰਦਾਰ ਸੀ ਇੱਕ ਕੈਰੈਕਟਰ ਸੀ ਸਾਡੇ 3 ਸਾਲ ਬਾਅਦ ਆਪਣੇ ਸਹਬਜ਼ਾਦੇ ਨੂੰ ਮਿਲਦੇ ਨੇ ਪੰਜਾਬ ਨੂੰ ਚਲਦੇ ਨੇ ਜਿੱਥੇ ਅੱਜ ਆਨੰਦਪੁਰ ਸਾਹਿਬ ਹੈ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਇੱਕ ਨਗਰ ਵਸਾਉਂਦੇ ਨੇ ਚੱਕ ਨਾਨਕੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਮਾਤਾ ਦਾ ਨਾਮ ਨਾਨਕੀ ਜੀ ਸੀ ਉਹਨਾਂ ਨੇ ਕਹਿਲੂਰ ਦੇ ਕਹਿਲੂਰ ਰਿਆਸਤ ਦੇ ਰਾਜੇ ਕੋਲੋਂ ਜ਼ਮੀਨ ਮੁੱਲ ਖਰੀਦ ਕੇ ਇਹ ਗੱਲਾਂ ਬੜੀਆਂ ਪਿਆਰੀਆਂ ਨੇ ਮੁੱਲ ਤਾਂ ਖਰੀਦੀ ਵੀ ਕੱਲ ਨੂੰ ਕੋ ਹੱਕ ਨਾ ਜਿਤਾਵੇ ਵੀ ਸਾਡੀ ਐ ਅੱਜ ਤਾਂ ਸਿੱਖੀ ਇਦਾਂ ਦੀ ਆ ਗਈ ਵੀ ਜਿੱਥੇ ਮਰਜ਼ੀ ਨਿਸ਼ਾਨ ਸਾਹਿਬ ਗੜ ਕੇ ਕਬਜ਼ਾ ਕਰ ਲਓ ਅਕਬਰ ਆਇਆ ਉਹਨੇ ਆਖਿਆ ਜੀ ਜਿਹੜਾ ਲੰਗਰ ਚੱਲਦਾ ਮੈਂ ਆਪਣੇ ਖਜ਼ਾਨੇ ਚੋਂ ਪੈਸਾ ਦੇਣ ਨੂੰ ਤੇਰਾ ਲੰਗਰ ਮੇਰੇ ਖਜ਼ਾਨੇ ਚ ਚਲਾਓ ਤੇ ਮਹਾਰਾਜ ਕਹਿਣ ਲੱਗੇ ਜੇ ਤੇਰੇ ਖਜ਼ਾਨੇ ਚੋਂ ਲੰਗਰ ਚੱਲੂ ਫਿਰ ਲੰਗਰ ਗੁਰੂ ਦਾ ਨਹੀਂ ਨਾ ਹੋਣਾ ਸੰਗਤਾਂ ਦਾ ਨਹੀਂ ਹੋਣਾ ਇਹ ਲੰਗਰ ਤੇ ਫਿਰ ਅਕਬਰ ਬਾਦਸ਼ਾਹ ਦਾ ਹੋਏਗਾ ਫਿਰ ਅਕਬਰ ਬਾਦਸ਼ਾਹ ਕਦੀ ਵੀ ਹਾਕਿਜ ਦਾ ਸਕਦਾ ਵੀ ਆ ਨਹੀਂ ਆ ਬਣਾਉ ਆ ਨਹੀਂ ਆ ਬਣਾਉ ਇਥੇ ਗੁਰੂ ਦਾ ਲੰਗਰ ਹੈ ਇਥੇ ਸਾਰੇ ਦਿਹਾੜੀ ਮਿਹਨਤ ਕਰਨ ਵਾਲੇ ਦਾ ਵੀ 1 ਰੁਪਿਆ ਪੈਣਾ ਹੈ ਫੈਕਟਰੀ ਦੇ ਮਾਲਕ ਦਾ ਵੀ ਪੈਣਾ ਹੈ ਕਾਰਖਾਨੇ ਦਾ ਵੀ ਵਰਕਰ ਦਾ ਵੀ ਪੈਣਾ ਹੈ ਹਰ ਮਜ਼ਦੂਰ ਦਾ ਮਿਹਨਤ ਕਸ਼ ਬੰਦੇ ਦਾ ਹਰ ਇੱਕ ਬੰਦੇ ਦਾ ਆਟਾ ਦਾਲ ਚੌਲ ਰਣਕੇ ਜਿਹੜੋਂ ਬਣਨਾ ਹੈ ਤੇ ਇਹ ਸੰਗਤਵਾ ਸੰਗਤ ਦਾ ਸਾਂਝਾ ਲੰਗਰ ਬਣਨਾ ਹੈ ਪਾਸ਼ਾ ਜੀ ਨੇ ਇਹ ਨਹੀਂ ਕਿਹਾ ਵੀ ਤੁਸੀਂ ਆਪਣੀ ਇਥੇ ਹਾਕਿਜ ਤਾਓ ਵੀ ਇਹ ਕਿਸੇ ਦੀ ਨਿੱਜੀ ਜਾਇਦਾਦ ਹੈ ਕਹਿਲੂਰ ਰਿਆਸਤ ਦੇ ਰਾਜਕਰੋਂ ਜਮੀਨ ਨੂੰ ਮੋਲ ਖਰੀਦ ਕੇ ਪਾਸ਼ਾ ਜੀ ਉੱਥੇ ਨਗਰ ਵਸਾਉਂਦੇ ਨੇ ਆਪਣੀ ਮਾਤਾ ਜੀ ਦੇ ਨਾਮ ਤੇ ਚੱਕ ਨਾਨਕੀ ਯਾਨੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੀ ਦੇ ਸਤਕਾਰਯੋਗ ਦਾਦੀ ਜੀ ਦੇ ਨਾਮ ਤੇ ਚੱਕ ਨਾਨਕੀ ਬਾਅਦ ਵਿੱਚ ਇਹਦਾ ਨਾਂ ਹੀ ਅਨੰਦਪੁਰ ਸਾਹਿਬ ਪੈਂਦਾ ਹੁਣ ਇੱਥੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਦਸ਼ਾਹ ਮਹਾਰਾਜ ਜਦੋਂ ਆਪਣੇ ਹੱਥੀ ਵਸਾਉਂਦੇ ਨੇ ਸਮਾ ਆਪਣੀ ਰਫਤਾਰ ਤੁਰਿਆ ਗਿਆ 11 ਨਵੰਬਰ ਨੂੰ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਭਾਈ ਦਿਆਲਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਨਾਲ ਨੇ ਪਾਤਸ਼ਾਹ ਜੀ ਦਾ ਸਰੀਰ ਦਾ ਦੋ ਹਿੱਸਿਆਂ ਦਾ ਸੰਸਕਾਰ ਹੁੰਦਾ ਹੈ ਢੜ ਦਾ ਸੰਸਕਾਰ ਦਿੱਲੀ ਦੀ ਧਰਤੀ ਤੇ ਹੁੰਦਾ ਹੈ ਸੀਸ ਭਾਈ ਜੀਵਨ ਸਿੰਘ ਜੈਤਾ ਰੰਗਰੇਟਾ ਗੁਰੂ ਦਾ ਬੇਟਾ ਮੈਂ ਤਾਂ ਕਈ ਵਾਰੀ ਸੋਚਦਾ ਅੱਜ ਲੋਕ ਜਾਤਾਂ ਦੇ ਆਧਾਰ ਤੇ ਪੁੱਛਦੇ ਨੇ ਤੂੰ ਕਿਹੜੀ ਜਾਤ ਦਾ ਬੰਦਾ ਹੈ ਤੂੰ ਹੱਥ ਲਾਤਾ ਪਿੱਟਿਆ ਪਿੱਟਿਆ ਗਿਆ ਮੈਂ ਤੇ ਹੈਗੇ ਨੇ ਲੋਕ ਅੱਜ ਵੀ ਬੜੇ ਥਾਂ ਐਸੇ ਨੇ ਜਿੱਥੇ ਜਾਤਾਂ ਦੇ ਆਧਾਰਤ ਵਰਤਨ ਰੱਖੇ ਹੋਏ ਨੇ ਖੰਡੇ ਦੀ ਪੌਲ ਵੱਖਰੀ ਵੱਖਰੀ ਯਾਨੀ ਕਿ ਬਹੁਤ ਕੁਝ ਹੈ ਜਿਹੜਾ ਜਿਸ ਦਲਦਲ ਜੋ ਸਾਨੂੰ ਪਾਤਸ਼ਾਹ ਨੇ ਕੱਢਿਆ ਜਦੋਂ ਭਾਈ ਜੀਵਨ ਸਿੰਘ ਗੁਰੂ ਨੌਵੇਂ ਪਾਤਸ਼ਾਹ ਦਾ ਸੀਸ ਲੈ ਕੇ ਆਏ ਨੇ ਨਾ ਪਾਤਸ਼ਾਹ ਜੀ ਨੇ ਮੱਥਾ ਚੁੰਮਿਆ ਗਲ ਨਾਲ ਲਾਇਆ ਉਹਨੂੰ ਤੇ ਕਹਿਆ ਰੰਗਰੇਟਾ ਗੁਰੂ ਦਾ ਬੇਟਾ ਤੂੰ ਗੁਰੂ ਦੇ ਪੁੱਤਰ ਵਾਲਾ ਭਾਵ ਕੀਤਾ ਹੁਣ ਸੋਚ ਕੇ ਵੇਖੋ ਜਿਹਨੂੰ ਗੁਰੂ ਸੇਵਾ ਆਪਣਾ ਬੇਟਾ ਕਹਿ ਦਨ ਕਿੰਨਾ ਮਾਣ ਦਿੱਤਾ ਹੋਏਗਾ ਅੱਜ ਬੜਾ ਕੁਝ ਜਾਤਾਂ ਦੇ ਆਧਾਰ ਤੇ ਖੜਾ ਕਰ ਦਿੱਤਾ ਕਿ ਤੂੰ ਕਿਹੜੀ ਜਾਤ ਨਾਲ ਸੰਬੰਧਤ ਹੈ ਹੁਣ ਜਾਤ ਪਾਤ ਨੂੰ ਗੁਰਮਤ ਮੰਨਦੀ ਆ ਭਲਾ ਇਹ ਤੇ ਬਿਪਰਵਾੜ ਦਾ ਜਾਲ ਸੀ ਜਿਹਦੇ ਵਿੱਚ ਲੋਕ ਫਸ ਗਏ ਜੇ ਰੱਬ ਨੇ ਜਾਤਾਂ ਪਾਤਾਂ ਬਣਾਉਣੀਆਂ ਹੁੰਦੀਆਂ ਫਿਰ ਬੰਦੇ ਦੇ ਸਰੀਰ ਦੇ ਪਾਰਟ ਇੱਕ ਦੂਜੇ ਦੇ ਕਦੀ ਕੰਮ ਆਉਂਦੇ ਹੀ ਨਾ ਜੇ ਰੱਬ ਨੇ ਫਰਕ ਪਾਉਣਾ ਹੁੰਦਾ ਤੇ ਪਰਮੇਸ਼ਰ ਨੇ ਫਰਕ ਪਾਇਆ ਹੀ ਨਹੀਂ ਇਦਾਂ ਦਾ ਪਰ ਗੱਲ ਇਹ ਆ ਵੀ ਇਹ ਇਹ ਪਤਾ ਕਿੱਥੋਂ ਲੱਗੂ ਪਤਾ ਲੱਗੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਅਗਲੇ ਸਾਨੂੰ ਪਹੁੰਚਣ ਦਿੱਤਾ ਨਹੀਂ ਇੰਨੀ ਇੰਨੀ ਦੂਰੀ ਪਾ ਦਿੱਤੀ ਕਿ ਆਮ ਬੰਦਾ ਅਜ ਬਾਣੀ ਪੜਨ ਤੋਂ ਡਰਦਾ ਹੈ ਪਰਿਵਾਰਾਂ ਵਿੱਚ ਬਾਣੀ ਪੜਨ ਦਾ ਪ੍ਰਭਾਵ ਹੈ ਹੀ ਨਹੀਂ ਸਾਡੇ ਕਿ ਅਸੀਂ ਆਪ ਬਾਣੀ ਪੜ ਸਕੀਏ ਆਪ ਬਾਣੀ ਵਿਚਾਰ ਸਕੀਏ ਸਮਾਂ ਆਪਣੀ ਰਫਤਾਰ ਤੁਰਦਾ ਹੈ 11 ਨਵੰਬਰ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਸ਼ਹਾਦਤ ਦਾ ਜਹਾਜ਼ ਪੀ ਜਾਂਦੇ ਨੇ ਜਦਨ ਸਭ ਤੋਂ ਪਹਿਲੀ ਵਾਰ ਸਡੌਰੇ ਦੇ ਰਹਿਣ ਵਾਲਾ ਹਰਿਆਣੇ ਵਿੱਚ ਇੱਕ ਨਗਰ ਹੈ ਸਡੌਰਾ ਉੱਥੋਂ ਦੇ ਪੀਰ ਬੁੱਧੂ ਸ਼ਾਹ ਨੇ ਜਿਹੜੇ ਗੁਰੂ ਤੇ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਕਾਫੀ ਪ੍ਰਭਾਵਿਤ ਨੇ 500 ਪਠਾਨ ਔਰੰਗਜ਼ੇਬ ਨੇ ਕੱਢ ਦਿੱਤਾ ਕੋਈ ਖਨਾਮੀ ਹੋ ਗਈ ਕੋਈ ਗਲਤੀ ਹੋ ਗਈ ਉਹਨਾਂ ਨੇ ਉਹਨਾਂ ਨੂੰ ਕੱਢ ਦਿੱਤਾ ਜਿੰਨੇ ਹਿੰਦੂ ਪਹਾੜੀ ਰਾਜੇ ਸਨ ਸਾਰਿਆਂ ਕੋਲ ਉਹ 500 ਪਠਾਨ ਜਾਂਦਾ ਹੈ ਕਿ ਸਾਨੂੰ ਆਪਣੀਆਂ ਨੌਕਰੀਆਂ ਤੇ ਰੱਖ ਲਓ ਹੁਣ ਤੁਹਾਨੂੰ ਪਤਾ ਸੀ ਜਿਹੜੇ ਹਿੰਦੂ ਪਹਾੜੀ ਰਾਜੇ ਸੀ ਉਹ ਔਰੰਗਜ਼ੇਬ ਤੋਂ ਡਰਦੇ ਸੀ ਵੀ ਜੇ ਅਸੀਂ ਇਹਨਾਂ ਨੂੰ ਪਨਾਹ ਦੇਵਾਂਗੇ ਔਰੰਗਜ਼ੇਬ ਸਾਡੇ ਤੇ ਕਹਿਰ ਟਾਉ। ਉਹ ਪੀਰ ਬੁੱਧੂ ਸ਼ਾਹ ਕੋਲ ਗਏ ਵੀ ਸਾਡੀ ਕੋਈ ਹੈਲਪ ਹੋ ਸਕਦੀ ਕਿਉਂਕਿ ਉਹਨਾਂ ਦੀ ਉਹ ਤੇ ਉਪਜੀਵਕਾ ਸੀ। ਉਹ ਨੌਕਰੀਆਂ ਕਰਦੇ ਸੀ ਉਹਦੇ ਉਹਦੇ ਨਾਲ ਹੀ ਉਹਨਾਂ ਦੇ ਘਰ ਦੇ ਵਿੱਚ ਚੁੱਲ੍ਹੇ 'ਚ ਅੱਗ ਬਲਦੀ ਸੀ। ਉਹ ਪੀਰ ਬੁੱਧੂ ਸ਼ਾਹ ਕੋਲ ਗਏ। ਵੀ ਪੀਰ ਜੀ ਸਾਡੀ ਕੋਈ ਹੈਲਪ ਕਰੋ। ਅਸੀਂ 500 ਬੰਦਾ ਬੇਕਾਰ ਹੋ ਕੇ ਬੈਠਾ ਵਾਂ। ਸੰਤ ਆਉਂਦਾ ਕੱਖ ਨਹੀਂ ਕੀ ਕਰੀਏ ਹੁਣ ਅਸੀਂ ਸਾਡੇ ਕੋਲ ਤੇ ਸਾਰਾ ਕੁਝ ਸੰਤ ਸ਼ਾਸਤਰ ਵਿਦਿਆ ਹੁੰਦੀ ਹੈ। ਹਥਿਆਰ ਚਲਾਉਣੇ ਹੁੰਦੇ ਨੇ ਹੁਣ ਪੀਰ ਬੁੱਧੂ ਸ਼ਾਹ ਨੂੰ ਪਤਾ ਸੀ ਉਹਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਨੂੰ ਵੇਖਿਆ ਸੀ ਵੀਰ ਰਾਸ ਕਿਦਾਂ ਗੁਰੂ ਸਾਹਿਬ ਇਹਨਾਂ ਸਿੱਖਾਂ ਨੂੰ ਤਿਆਰ ਕਰ ਰਹੇ ਨੇ ਹੁਣ ਵੇਖੋ 14 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜੀਆਂ ਨੇ ਹਿੰਦੂ ਪਹਾੜੀ ਰਾਜਿਆਂ ਕੋਲ ਫੌਜ ਵੀ ਟ੍ਰੇਨਿੰਗ ਵਾਲੀ ਐ ਤੇ ਮੁਗਲਾਂ ਕੋਲ ਵੀ ਫੌਜ ਟ੍ਰੇਨਿੰਗ ਵਾਲੀ ਐ ਇਧਰ ਤੇ ਪਾਸ਼ਾ ਦੇ ਕੋਲ ਆਮ ਬੰਦੇ ਨੇ ਪਰ ਇੱਕ ਵੀ ਜੰਗ ਦਾ ਨਾਂ ਹਾਰਨਾ ਇਹਦਾ ਮਤਲਬ ਟ੍ਰੇਨਿੰਗ ਕਿੰਨੀ ਕਮਾਲ ਦੀ ਹੋਏਗੀ ਗੁਰੂ ਪਾਸ਼ਾ ਜੀ ਦੀ ਸਲੂਟ ਆ ਨਾ ਪਾਸ਼ਾ ਜੀ ਨੂੰ ਬੀ ਦਮਲ ਟ੍ਰੇਨਿੰਗ ਕਿੱਡੀ ਕਮਾਲ ਦੀ ਹੋਏਗੀ ਕਿੰਨਾ ਜਜ਼ਬਾ ਹੋਏਗਾ ਉਹਨਾਂ ਸਿੱਖ ਕਿਉਂਕਿ ਫਰਕ ਸੀ ਉਹ ਪੈਸੇ ਲਈ ਲੜ ਰਹੇ ਸੀ ਇਧਰ ਜਜ਼ਬਾ ਸੀ ਅਸੀਂ ਮਾਨਸਿਕ ਗੁਲਾਮੀ ਜਿਸ ਬਿਪਰਵਾਚੋਂ ਜਿਹੜੀ ਦਲਦਲ ਚੋਂ ਕੱਢਣਾ ਚਾਹੁੰਦੇ ਹਰ ਇੱਕ ਨੂੰ ਲੱਗਾ ਵੀ ਸਾਡੇ ਲਈ ਗੁਰੂ ਪਾਤਸ਼ਾਹ ਜੰਗ ਲੜ ਰਿਹਾ ਹੈ ਉਹ 500 ਪਠਾਨ ਬਾਰੇ ਪੀਰ ਬੁੱਧੂ ਸ਼ਾਹ ਨੇ ਸ਼ਫਾਰਿਸ਼ ਕੀਤੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਮਹਾਰਾਜ ਤੁਸੀਂ ਇਹਨਾਂ ਨੂੰ ਆਪਣੇ ਕੋਲ ਰੱਖ ਲਓ ਪਾਤਸ਼ਾਹ ਜੀ ਠੀਕ ਹੈ ਰੱਖੋ ਜੀ ਪਰ ਉਹ 500 ਪਠਾਣ ਪੰਘਾਣੀ ਦੇ ਜਿਹੜਾ ਪਹਿਲਾ ਜੁੱਧ ਹੋਇਆ ਪੰਘਾਣੀ ਦਾ ਉਹਦੇ ਵਿੱਚ ਦਗਾ ਦੇ ਗਏ ਭੀਮਚੰਦ ਰਾਜੇ ਦਾ ਬੇਟਾ ਸੀ ਅਜਮੇਰ ਚੰਦ ਅਜਮੇਰ ਚੰਦ ਦਾ ਵਿਆਹ ਹੋਣਾ ਸੀ ਫਤਿਹ ਸ਼ਾਹ ਦੀ ਬੇਟੀ ਨਾਲ ਜਿਹੜਾ ਪਹਿਲਾ ਪੰਘਾਣੀ ਦਾ ਜੁੱਧ ਹੋਇਆ ਉਹ ਪੰਘਾਣੀ ਦਾ ਜੁੱਧ ਵਿੱਚ ਇਹਨਾਂ ਲਾਲਚ ਦਿੱਤਾ ਲਾਲਚ ਦਿੱਤਾ ਤੇ 500 ਦਾ 500 ਪਠਾਣੀ ਹਿੰਦੂ ਪਹਾੜੀ ਰਾਜੇ ਨਾਲ ਜਾ ਰਲਿਆ ਜਦੋਂ ਲੋੜ ਯਾਨੀ ਕਿ ਅੱਗੋਂ ਪਿਛੋਂ ਖਾਣ ਲਈ ਗੁਰੂ ਸਾਹਿਬ ਜੀ ਦੇ ਕੋਲ ਜਦੋਂ ਪਤਾ ਲੱਗਾ ਵੀ ਹੁਣ ਜੰਗ ਹੋਣੀ ਐ ਛਾਲ ਮਾਰ ਕੇ ਤੇ ਹਿੰਦੂ ਪਹਾੜੀ ਰਾਜਾਂ ਕੋਲ ਪਹੁੰਚ ਗਏ ਅੱਛਾ ਵੇਖੋ ਜਦੋਂ ਹਿੰਦੂ ਪਹਾੜੀ ਰਾਜਾਂ ਕੋਲ ਗਏ ਸੀ ਉਦੋਂ ਉਹਨਾਂ ਰੱਖਿਆ ਨਹੀਂ ਇਹ ਗੱਲਾਂ ਸਿੱਖਣ ਦੀ ਲੋੜ ਐ ਸਮਾਜ ਵਿੱਚ ਵੀ ਇਦਾਂ ਦੇ ਕਈ ਲੋਕ ਹੁੰਦੇ ਨੇ ਕਈ ਵਾਰੀ ਲੋੜ ਪੈਣ ਤੇ ਤੁਹਾਡੀ ਉਹ ਹੈਲਪ ਮੰਗਣਗੇ ਜਦੋਂ ਪਤਾ ਲੱਗਾ ਵੀ ਅੱਜ ਤੁਹਾਡੀ ਉਹਨਾਂ ਨੂੰ ਜ਼ਰੂਰਤ ਐ ਛਾਲ ਮਾਰ ਕੇ ਦੂਜੇ ਦੀ ਬੇੜੀ ਸਵਾਰ ਹੋ ਜਾਣਗੇ ਇਹ ਕੈਰੈਕਟਰ ਹੁੰਦੇ ਨੇ ਇਹ ਜਿਹੜੇ ਹਿੰਦੂ ਪਹਾੜੀ ਰਾਜੇ ਜਾਂ 500 ਪਠਾਨ ਹਨ ਨਾ ਉਹ 500 ਪਠਾਨ ਵਾਲਾ ਕੈਰੈਕਟਰ ਤੁਹਾਨੂੰ ਅੱਜ ਵੀ ਮਿਲ ਜੂਗਾ ਇੱਕ ਕੈਰੈਕਟਰ ਵਾ ਜਦੋਂ ਆਪਾਂ ਕੋਈ ਮੂਵੀ ਵੇਖਦੇ ਆ ਕਿਉਂ ਚੰਗੀ ਲੱਗਦੀ ਆ ਕਈ ਵਾਰੀ ਆਪਾਂ ਮੂਵੀ ਦਾ ਉਹ ਸਾਰਾ ਸੀਨ ਆਪਣੇ ਜ਼ਿੰਦਗੀ ਦੇ ਕਿਸੇ ਹਿੱਸੇ ਨਾਲ ਜੋੜ ਕੇ ਵੇਖਦੇ ਆ ਤਾਂ ਸਾਨੂੰ ਆਪਣੀ ਅੱਖਾਂ ਜਾਂ ਹੰਝੂ ਕਿਉਂ ਆ ਜਾਂਦੇ ਮੂਵੀ ਵੇਖ ਕੇ ਕੋਈ ਸੀਰੀਅਲ ਵੇਖ ਕੇ ਆਪਣੇ ਅੱਖਾਂ ਜਾਂ ਹੰਝੂ ਕਿਉਂ ਆਉਂਦੇ ਨੇ ਭਲਾ ਕਿਉਂਕਿ ਅਸੀਂ ਆਪਣੇ ਆਪ ਨੂੰ ਉਸ ਕੈਰੈਕਟਰ ਦੇ ਵਿੱਚ ਲੈ ਜਾਂਦੇ ਉਸ ਵਕਤ ਸਾਨੂੰ ਲੱਗਦਾ ਯਾਰ ਉਹਦੇ ਨਾਲ ਕਿੱਦਾਂ ਹੋਇਆ ਮੇਰੇ ਨਾਲ ਵੀ ਇਝ ਹੋਇਆ ਸੀ ਇਤਿਹਾਸ ਨੂੰ ਏਦਾਂ ਵਾਚੋ ਵੀ ਜਦੋਂ 500 ਪਠਾਨ ਜਦੋਂ ਤੇ ਜਦੋਂ ਤੇ ਹਿੰਦੂ ਪਹਾੜੀ ਰਾਜਿਆਂ ਕੋਲ ਪਹਿਲਾਂ ਵੀ ਗਿਆ ਸੀ ਉਦੋਂ ਉਹਨਾਂ ਰੱਖਿਆ ਨਹੀਂ ਉਦੋਂ ਡਰਦੇ ਸੀ ਔਰੰਗਜ਼ੇਬ ਦੇ ਕੋਲ ਇਧਰ ਗੁਰੂ ਸਾਹਿਬ ਨੇ ਪਨਾਹ ਦੇ ਦਿੱਤੀ ਵੀ ਆਜੋ ਮੈਂ ਰੱਖਣ ਲਈ ਤੇ ਮੈਂ ਕਿਸੇ ਔਰੰਗਜ਼ੇਬ ਦੀ ਪ੍ਰਵਾਹ ਨਹੀਂ ਕਰਦਾ ਅੱਜ ਤੋਂ ਹਿੰਦੂ ਪਹਾੜੀ ਰਾਜਿਆਂ ਨਾਲ ਜੰਗ ਹੋਣੀ ਆ ਛਾਲ ਮਾਰ ਕੇ ਹਿੰਦੂ ਪਹਾੜੀ ਰਾਜਿਆਂ ਕੋਲ ਚਲੇ ਗਏ ਵੀ ਆਜੋ ਅਸੀਂ ਤੁਹਾਨੂੰ ਆਪਣੇ ਕੋਲ ਰੱਖਦੇ ਆ ਉਹ ਆਪਾਂ ਤੁਹਾਨੂੰ ਤਨਖਾਹਾਂ ਡਬਲ ਦਿੰਨੇ ਆ ਕਈ ਬੰਦੇ ਹੋਣਗੇ ਨਾ ਜਿੱਦਣ ਤੁਹਾਡੇ ਤੇ ਤੁਹਾਨੂੰ ਕੋਈ ਪੁੱਛੇ ਨਾ ਉਦੋਂ ਤੁਹਾਨੂੰ ਕੋਈ ਬੰਦਾ ਥੋੜੀ ਜੀ ਸੈਲਰੀ ਦੇ ਕੇ ਰੱਖ ਲਵੇ ਜਦੋਂ ਪਤਾ ਲੱਗਿਆ ਵੀ ਹੁਣ ਇਹਦਾ ਕੰਮ ਇਹ ਬਿਨਾ ਸਰਣਾ ਨਹੀਂ ਅਗਲਾ ਤੁਹਾਨੂੰ ਡਬਲ ਵੀ ਦੇਵੇ ਨਾ ਮੈਂ ਕਹਿੰਦਾ 4 ਗੁਣਾ ਵੱਧ ਵੀ ਦੇਵੇ ਉਦੋਂ ਤੇਰਾ ਟਰੈਕਟਰ ਪਰਖਿਆ ਜਾਣਾ ਵੀ ਨਹੀਂ ਭਾਈ ਇਹਨੇ ਮੇਰਾ ਉਦੋਂ ਸਾਥ ਤਾਂ ਜਦੋਂ ਮੇਰਾ ਕੋਈ ਸਾਥ ਨਹੀਂ ਸੀ ਦਿੰਦਾ ਭਾਵੇਂ ਔਰਤ ਵਾ ਤੇ ਭਾਵੇਂ ਮਰਦ ਵਾ ਇੱਕ ਕੈਰੇਕਟਰ ਹੁੰਦੇ ਨੇ ਆਪਾਂ ਰੋਜ਼ ਪੜ੍ਹਦੇ ਹਾਂ ਉਸ ਤੋਂ ਤੇ ਮਨ ਵਿੱਚ ਸਾਰੇ ਬੋਲੋ ਕਰਮਨ ਮੇਰੇ ਜੁਬਾਨ ਨਾਲ ਤੇ ਸਾਰੇ ਅੱਲਾ ਅੱਲਾ ਕਰ ਲੈਂਦੇ ਆ ਜੁਬਾਨ ਨਾਲ ਤੇ ਵੈਗਰੂ ਵੈਗਰੂ ਸਾਰੇ ਕਰ ਲੈਂਦੇ ਨੇ ਜੁਬਾਨ ਨਾਲ ਤੇ ਸਾਰੇ ਪਰਮਾਤਮਾ ਦਾ ਸਿਮਰਨ ਕਰ ਲੈਂਦੇ ਆ ਜਿੱਦਣ ਤੁਹਾਡਾ ਮਨ ਪਰਮਾਤਮਾ ਦੀ ਤਾਰੀਫ ਕਰੂਗਾ ਨਾ ਉਸ ਦਿਨ ਤੁਹਾਡਾ ਵਿਹਾਰ ਲੋਕਾਂ ਦਾ ਸਹੀ ਹੋਏਗਾ ਉਸਤਤ ਮਨ ਮੈਂ ਅੱਗੇ ਬੋਲੋ ਹੁਣ ਕਰਮਨ ਮੇਰੇ ਜਦੋਂ ਤੁਹਾਡਾ ਵਿਹਾਰ ਸਹੀ ਹੋ ਗਿਆ ਸਮਝ ਲਓ ਤੁਹਾਡਾ ਮਨ ਰੱਬ ਦੀ ਉਸਤਤ ਕਰ ਲੱਗ ਪਿਆ ਜੇ ਤੁਹਾਡਾ ਵਿਹਾਰ ਤੁਹਾਡੇ ਮਨ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦਾ ਤੇ ਸਮਝ ਲਓ RAM RAM ਕਰਤਾ ਸਭ RAM ਨਾ ਪਾਇਆ બસ ਉਹ ਜਿਹੜਾ 500 ਪਠਾਣ ਸੀ ਨਾ ਉਹ ਜਦੋਂ ਜਰੋਂ ਤੇ ਉਹਨਾਂ ਦੇ ਘਰ ਚੁੱਲਿਆਂ 'ਚ ਅੱਗ ਨਹੀਂ ਸੀ ਬਲਦੀ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਾਹ ਫੜੀ ਤੇ ਜਦੋਂ ਹੁਣ ਪਤਾ ਲੱਗ ਗਿਆ ਵੀ ਹੁਣ ਰੋਟੀ ਪਾਣੀ ਖਾਣ ਲੱਗ ਪਿਆ ਹੁਣ ਮਾਰ ਕੇ ਛਾਲ ਤੇ ਹਿੰਦੂ ਪਹਾੜੀ ਰਾਜਿਆਂ ਦੀ ਬੇੜੀ ਜਾ ਕੇ ਸਵਾਰ ਹੋ ਗਏ ਹੁਣ ਇਹ ਅੱਜ ਵੀ ਤੇ ਲੋਕ ਹੈਗੇ ਆ ਕਈ ਖਾਂਦੇ ਗੁਰੂ ਦਾ ਵਾ ਤੇ ਬੋਲੀ ਸਰਕਾਰਾਂ ਦੀ ਬੋਲਦੇ ਆ ਕਿਉਂ ਸਾਹਿਬ ਜੀ ਸਮਝੇ ਉੱਚੀ ਬੋਲ ਕੇ ਦੱਸਿਓ ਜੀ ਖਾਂਦੇ ਗੁਰੂ ਦਾ ਵਾ ਮੈਂਕ ਵੀ ਗੁਰੂ ਦੇ ਵਰਤਦੇ ਆ ਗੁਰੂ ਦੇ ਵਰਤਨ ਦਾ ਭਾਵ ਕਿ ਜਿਹੜਾ ਸੌਣ ਗੁਰਦੁਆਰੇ ਲੱਗਾ ਵਰਤਨਾ ਵੀ ਇਹੋ ਆ ਬੋਲਣਾ ਵੀ ਇੱਥੇ ਆ ਗੁਰਦੁਆਰੇ ਚ ਰਹਿਣਾ ਵਾ ਤੇ ਬੋਲੀ ਸਰਕਾਰ ਦੀ ਬੋਲਣੀ ਜੋ ਸਰਕਾਰ ਕਹੂਗੀ ਉਹਦੇ ਮੁਤਾਬਕ ਚੱਲਣਾ ਵਾ ਤੇ ਸਾਨੂੰ ਕਿਵਰੀ ਇੰਜ ਵੀ ਲੱਗਦਾ ਵੀ ਇਹ ਤਾਂ ਸਾਡੇ ਆਪਣੇ ਆ ਜ਼ਰੂਰੀ ਨਹੀਂ ਸਾਰੇ ਜਿਹੜੇ ਨਾਰੇ ਮਾਰਨ ਵਾਲੇ ਜਕਾਰੇ ਮਾਰਨ ਵਾਲੇ ਤੁਹਾਡੇ ਆਪਣੇ ਆ ਬਹੁਤ ਵਾਰੀ ਸਰਕਾਰਾਂ ਟ੍ਰੇਨਿੰਗ ਕਰਕੇ ਵੀ ਤੁਹਾਡੇ ਵਿੱਚ ਭੇਜਦੀਆਂ ਨੇ ਕਿ ਨਾਰੇ ਮਾਰੋ ਜਕਾਰੇ ਮਾਰੋ ਕੋਈ ਤੁਸੀਂ ਸਾਡੇ ਆਪਣੇ ਆ ਤੁਹਾਨੂੰ ਅਸੀਂ ਕੁਝ ਕਹਿਣਾ ਨਹੀਂ ਮਗਰ ਨਾਰੇ ਜਕਾਰੇ ਮਾਰਨ ਵਾਲ ਨੂੰ ਅਸੀਂ ਛੱਡਣਾ ਕੋਈ ਨਹੀਂ ਇਹ ਹੁੰਦਾ ਆ ਆਪਣੇ ਨਾਲ ਵੱਖਰੀ ਗੱਲ ਅਸੀਂ ਇਤਿਹਾਸ ਤੋਂ ਨਹੀਂ ਸਿੱਖਦੇ ਸਾਡੀ ਆਪਣੀ ਨਲਾਇਕੀ ਕਹਿ ਸਕਦੇ ਆ 84 ਚ ਬਜ਼ੁਰਗਾਂ ਨੂੰ ਤੇ ਪਤਾ 84 ਚ ਆ ਬੱਚਿਆਂ ਨੂੰ ਨਹੀਂ ਪਤਾ ਉਹ ਜਿਹੜੇ ਜਵਾਕ ਆ ਨਾ ਅਜੇ ਜਿਹੜੇ ਛੋਟੀ ਉਮਰ ਦੇ ਆ ਇਹਨਾਂ ਨੂੰ ਨਹੀਂ ਅਜੇ ਪਤਾ ਖੂਨ ਗਰਮ ਹੁੰਦਾ ਵਾ ਇਹਨਾਂ ਨੂੰ ਇਹਨਾਂ ਨੂੰ ਪਤਾ ਵੀ ਤੁਸੀਂ ਬੜੀ ਛੇਤੀ ਐਮੋਸ਼ਨਲ ਹੋ ਜਾਂਦੇ ਆ ਬڑے ਲੋਕ ਆ ਇੱਥੇ ਤੇ ਲੋਕ ਲਾਸ਼ਾਂ ਦੇ ਉੱਤੇ ਵੀ ਕੋਠੀਆਂ ਪਾਉਣ ਵਾਲੇ ਹੈਗੇ ਆ ਲਾਸ਼ਾਂ ਵੇਚ ਕੇ ਖੱਫਣ ਵੇਚ ਕੇ ਵੀ ਇੱਥੇ ਇਦਾਂ ਦੇ ਬਹਿਰੂਪੀਏ ਲੋਕ ਵੀ ਹੈਗੇ ਆ ਜਿਹੜੇ ਲਾਸ਼ਾਂ ਦਾ ਸੌਦਾ ਵੀ ਕਰ ਲੈਂਦੇ ਆ ਤੇ ਤੁਸੀਂ ਤਾਂ ਅਜੇ ਬਹੁਤ ਛੋਟੇ ਜਿਹੇ ਬੱਚੇ ਜੇ ਤੁਹਾਨੂੰ ਇਹਨਾਂ ਗੱਲਾਂ ਦਾ ਅਜੇ ਪਤਾ ਨਹੀਂ ਹੈਗਾ ਜਦੋਂ ਤੁਸੀਂ ਬਰੀਕੀ ਨਾਲ ਦੇਖੋਗੇ ਨਾ ਅੱਜ ਵੀ ਉਹ ਬਜ਼ੁਰਗ ਜਿਉਂਦੇ ਆ ਅੱਜ ਵੀ ਉਹ ਪਰਿਵਾਰ ਜਿਉਂਦੇ ਜਿਨ੍ਹਾਂ ਨੂੰ ਪਤਾ ਹੈ ਵੀ ਇੱਥੇ ਕੀ ਕੁਝ ਵਾਪਰਿਆ ਹੈ ਜਿਨ੍ਹਾਂ ਨੇ ਸੱਚੀ ਕਸ਼ਟ ਸਹੇ ਨੇ ਜਿਨ੍ਹਾਂ ਨੇ ਸੱਚੀ ਤਸੀਹੇ ਸਹੇ ਨੇ ਜਿਨ੍ਹਾਂ ਦੇ ਸਰਕਾਰਾਂ ਨੇ ਨõ ਖਿੱਚ ਦਿੱਤੇ ਈਵਨ ਇਥੋਂ ਤੱਕ 84 ਦੇ ਵਿੱਚ ਜਿਹੜੇ ਆਰਮੀ ਦੇ ਵਿੱਚੋਂ ਜਿਹੜੇ ਇਸ ਗੱਲੋਂ ਆ ਗਏ ਵੀ ਅਸੀਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨ ਚ ਸ਼ਾਮਲ ਨਹੀਂ ਹੋਣਾ ਜਿਹਨੂੰ ਧਰਮੀ ਫੌਜੀ ਕਹਿੰਦੇ ਆ ਕਈਆਂ ਦੇ ਚੁੱਲਿਆਂ 'ਚ ਅੱਗ ਨਹੀਂ ਬਲਦੀ ਅਜੇ ਤੱਕ ਉਹਨਾਂ ਦੇ ਬੱਚੇ ਪੜ੍ਹ ਨਹੀਂ ਸਕੇ ਜੇ ਉਹ ਆਰਮੀ ਜੌਬ ਕਰਦੇ ਤੇ ਅੱਜ ਉਹਨਾਂ ਦੇ ਬੱਚੇ ਟੌਪ ਦੇ ਇੰਜੀਨੀਅਰ ਤੇ ਉੱਚੇ ਅਹੁਦਿਆਂ ਤੇ ਹੁੰਦੇ ਹੁੰਨੇ ਸੀ ਉਹ ਜਦੋਂ ਪੜ੍ਹਨ ਦਾ ਮੌਕਾ ਸੀ ਉਹ ਵਿਚਾਰੇ ਨੌਕਰੀਆਂ ਛੱਡ ਕੇ ਆ ਗਏ ਉਹਨਾਂ ਨੂੰ ਸਾਹਮਣੇ ਦੀ ਬਜਾਏ ਜਿਹੜੇ ਗਦਾਰੀਆਂ ਕਰਨ ਵਾਲੇ ਉਹਨਾਂ ਦੇ ਨਾਂ ਉੱਤੇ ਪੈਸਾ ਇਕੱਠਾ ਕਰਕੇ ਬਹਿ ਗਏ। ਜੇ ਮੇਰੇ ਵਰਗਾ ਕੋਈ ਪ੍ਰਚਾਰਕ ਬੋਲਦਾ ਤੇ ਕਹਿੰਦੇ ਤੇ ਗਦਾਰ ਹੈ ਜੀ। ਇਹ ਤੇ ਫਲਾਣਾ ਜੀ ਫਲਾਣਾ ਜੀ। ਮੈਂ ਤਾਂ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਵੀ ਤੁਸੀਂ ਵੇਖ ਲਓ ਸਾਡੇ ਕੋਲ ਤਾਂ ਅੰਕੜੇ ਨੇ। ਜਿਹੜੇ ਪਰਿਵਾਰ ਅੱਜ ਵੀ ਵਿਚਾਰੇ ਰੋਂਦੇ ਪਏ ਨੇ ਵੀ ਸਾਡੇ ਸਾਡੇ ਪਰਿਵਾਰਾਂ ਦੇ ਐਨੇ ਨੇ ਜੀ ਚਲੇ ਗਏ ਸਾਨੂੰ ਕਿਸ ਨੇ ਆਣ ਕੇ ਪੁੱਛਿਆ ਤੱਕ ਨਹੀਂ ਹੈਗਾ। ਸੜਨਾ ਕਿਸ ਨੇ ਗੱਲਬਾਤ ਨਹੀਂ ਆਣ ਕੇ ਕੀਤੀ ਹੈਗੀ। ਤੋ ਗੱਲ ਫੇਰ ਸਮਝਣ ਦਿਓ ਮੈਂ ਸਿਰਫ ਗੱਲ ਦੱਸਣਾ ਚਾਹਣਾ ਕਿ ਕੱਲੇ 500 ਪਠਾਣਾਂ ਦੀ ਗੱਲ ਨਹੀਂ ਇਤਿਹਾਸ ਸਮੇਂ-ਸਮੇਂ ਦੁਹਰਾਇਆ ਜਾਂਦਾ ਵਾ ਉਹ ਤੁਹਾਨੂੰ ਅੱਜ ਵੀ ਮਿਲ ਜਾਣੇ ਆ 500 ਪਠਾਣ ਜਦੋਂ ਰੋਟੀ ਮਿਲਦੀ ਨਹੀਂ ਜਦੋਂ ਪੁੱਛਿਆ ਨਹੀਂ ਕਿਸੇ ਨੇ ਉਦੋਂ ਗੁਰੂਕੋਲ ਆ ਗਿਆ ਵੀ ਹੁਣ ਗੁਰੂਕੋਲ ਕਿਉਂ ਆਏ ਵੀ ਇਹਦੇ ਬਹਾਨੇ ਅਸੀਂ ਨੌਕਰੀਆਂ ਤੁਹਾਡੀਆਂ ਕਰਾਂਗੇ ਸਾਡੇ ਚੁੱਲ੍ਹੇ 'ਚ ਅੱਗ ਬਲੇਗੀ ਸਾਡਾ ਪਰਿਵਾਰ ਫੜੂ ਹੁਣ ਪਤਾ ਲੱਗ ਗਿਆ ਵੀ ਪਰਿਵਾਰ ਪੜ ਰਿਹਾ ਵਾ ਜਦੋਂ ਪਤਾ ਲੱਗਾ ਵੀ ਪੰਗਾਣੀ ਦੇ ਜੁੱਧ 'ਚ ਅੱਜ ਤੁਹਾਡੀ ਸਾਨੂੰ ਜ਼ਰੂਰਤ ਹੋ ਆ ਉਦੋਂ ਮਾਰ ਕੇ ਛਾਲ ਤੇ ਹਿੰਦੂ ਪਹਾੜੀ ਰਾਜਾ ਨਾ ਜਾ ਰਲੇ ਪਰ ਸਿਰ ਚੁੱਕਦਾ ਪੀਰ ਬੁੱਧੂ ਸ਼ਾਹ ਦੇ ਚਰਨਾਂ 'ਚ ਸਲੂਟ ਆ ਉਸ ਯੋਧੇ ਨੂੰ ਉਦੋਂ ਖਬਰ ਮਿਲੀ ਵੀ ਜਿਹੜੇ ਤੇਰੀ ਤੁਹਾਡੀ ਸਫਾਰਸ਼ ਤੇ 500 ਪਠਾਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਕੋਲ ਰੱਖਿਆ ਸੀ ਨਾ ਉਹ ਦਗਾ ਦੇ ਗਿਆ ਪੀਰ ਬੁੱਧੂ ਸ਼ਾਹ ਨੇ ਆਪਣੇ ਜਵਾਨ ਪੁੱਤ ਤੇ ਨਾਲ ਭਰਾ ਲੈ ਕੇ ਮੈਦਾਨੇ ਜੰਗ 'ਚ ਕੁੱਦ ਗਿਆ ਇਸ ਜੰਗ ਵਿੱਚ ਪੀਰ ਬੁੱਧੂ ਸ਼ਾਹ ਦੇ ਦੋ ਸਾਹਿਬ ਜਾਨੇ ਚੜਾਈ ਕਰ ਗਏ ਹੁਣ ਗੱਲ ਤੇ ਫਿਰ ਉਹ ਹੀ ਆ ਨਾ ਤੁਸੀਂ ਸਾਰੇ ਮੁਸਲਮਾਨ ਤੇ ਪਠਾਣਾਂ ਨੂੰ ਮਾੜਾ ਨਹੀਂ ਕਹਿ ਸਕਦੇ ਸਾਰੇ ਹਿੰਦੂਆਂ ਨੂੰ ਮਾੜਾ ਨਹੀਂ ਕਹਿ ਸਕਦੇ ਸਾਰੇ ਸਿੱਖਾਂ ਨੂੰ ਵੀ ਚੰਗਾ ਮਾੜਾ ਨਹੀਂ ਜੀ ਕਹਿ ਸਕਦੇ ਇਹ ਵੀ ਗੱਲ ਚੇਤਾ ਰੱਖੋ ਸਾਰੇ ਪੱਗਾਂ ਵਾਲੇ ਚੰਗੇ ਵੀ ਨਹੀਂ ਜੇਗੇ ਉਹ ਵੀ ਤੇ ਪੱਗਾਂ ਵਾਲੇ ਜਿਨ੍ਹਾਂ ਕੋਲੋਂ ਗੁਰਦੁਆਰੇ ਯਾਦ ਕਰਾਉਣਾ ਚਾਹੁੰਦੇ ਤੁਸੀਂ ਬੋਲ ਕੇ ਦੱਸਿਓ ਭਲਾ ਜੀ ਉਹ ਵੀ ਦਸਤਾਰਾਂ ਵਾਲੇ ਆ ਜਿਨ੍ਹਾਂ ਦੇ ਵਿਰੋਧ ਤੁਸੀਂ ਧਰਨੇ ਲਾਉਂਦੇ ਜੇ ਵੀ ਇਹ ਪਾਈ ਦਾੜੇ ਵੀ ਪ੍ਰਕਾਸ਼ ਵਾ ਇਹ ਤੇ ਦੇਗਾਂ ਵਿੱਚ ਹੀ ਘਪਲੇ ਕਰ ਗਿਆ ਇਹ ਤੇ ਰਾਸ਼ਨ ਜੀ ਘਪਲੇ ਕਰ ਗਿਆ ਇਹ ਤੇ ਮਹਾਰਾਜ ਦੇ 328 ਰੁਪਾ ਜੀ ਘਪਲੇ ਕਰ ਗਿਆ ਉਹ ਵੀ ਦੇ ਸਿੱਖ ਹੀ ਆ ਸਾਰੇ ਸਾਰੀ ਕੌਮ ਚ ਕੁਝੇ ਬੰਦੇ ਨਹੀਂ ਹੁੰਦੇ ਚੰਗੇ ਮਾੜੇ ਬੰਦੇ ਹੁੰਦੇ ਨੇ ਨਾ ਤੁਸੀਂ ਸਾਰੇ ਮੁਸਲਮਾਨ ਨੂੰ ਮਾੜਾ ਕਹਿ ਸਕਦੇ ਹੋ ਨਾ ਤੁਸੀਂ ਸਾਰੇ ਹਿੰਦੂ ਭਰਾਵਾਂ ਨੂੰ 84 ਚ ਕੁਝ ਹੋਇਆ 84 ਚ ਕੀ ਸਾਰੇ ਹਿੰਦੂ ਵੀਰ ਮਾੜੇ ਸੀ ਨਹੀਂ ਬਹੁਤੇ ਹਿੰਦੂ ਵੀਰਾਂ ਨੇ ਆਪਣੇ ਪਰਿਵਾਰਾਂ ਚ ਰੱਖ ਕੇ ਸਿੱਖਾਂ ਦੀ ਜਾਨ ਵੀ ਬਚਾਈ ਹੈ ਮੁਸਲਮਾਨਾਂ ਨੇ ਬੜੀ ਹੈਲਪ ਕੀਤੀ ਹੈ ਪਰ ਕਈ ਹੈਗੇ ਸੀ ਜਿਨ੍ਹਾਂ ਨੇ ਆਪਣੇ ਹੱਥੀਂ ਵੱਡੇ ਵੀ ਆ ਬਰਾਤਕਾਰ ਤੱਕ ਹੋਏ ਗਲਾਂ ਚ ਟਹਿਰ ਪਾਪਾ ਕੀ ਸਾਰੇ ਸਾਰੇ ਕੁਝੇ ਨਹੀਂ ਹੁੰਦੇ ਚੰਗੇ ਮਾਰੇ ਤੁਹਾਨੂੰ ਤੁਸੀਂ ਸਾਰੀ ਸਾਰੀ ਲੁਕਾਈ ਨੂੰ ਜਾਂ ਸਾਰੀ ਕੌਮ ਨੂੰ ਇਕੱਠੇ ਨਹੀਂ ਬਣ ਸਕਦੇ ਹੁਣ ਪੀਰ ਬੁੱਧੂ ਸ਼ਾ ਆਇਆ ਉਹਨੇ ਆਣ ਕੇ ਆਖਿਆ ਖ ਪਾਦਸ਼ਾਹ ਮੈਂ ਜਨੇ ਜੋਗਾ ਨਾਲ ਹਾਜ਼ਰਾਂ ਤੇ ਇਸ ਜੰਗ ਵਿੱਚ ਭੰਗਣ ਦਾ ਯੋਧ ਜਿੱਤਿਆ ਗਿਆ ਹੁਣ ਹੁਣ ਪਠਾਣਾ ਨੂੰ ਇਹ ਲੱਗਦਾ ਸੀ ਵੀ ਅਸੀਂ 500 ਬੰਦਾ ਉਧਰ ਚੱਲ ਜਾਵਾਂਗੇ ਗੁਰੂ ਸਾਹਿਬ ਤੇ ਹਾਰੇ ਆ ਰਹੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਪਾਸ਼ਾ ਨੂੰ ਪਾਸ਼ਾ ਤੁਹਾਡੇ ਮੋਢਿਆਂ ਦੇ ਸਿਰ ਤੇ ਤੁਹਾਡੀਆਂ ਬਾਹਾਂਾਂ ਸਿਰ ਤੇ ਜੰਗ ਨਹੀਂ ਲੜ ਰਹੇ ਇਹ ਤੁਸੀਂ ਗਲਤ ਫਹਮੀ ਪਾਲ ਬੈਠੇ ਇਹ ਤੁਹਾਡੀ ਬੜੀ ਵੱਡੀ ਗਲਤਫਹਿਮੀ ਸੀ ਵੀ ਤੁਹਾਡੇ ਸਿਰ ਦੇ ਉੱਤੇ ਐਡੀ ਵੱਡੀ ਸਲਤਨਤ ਖੜੀ ਕੀਤੀ ਪਾਸ਼ਾ ਨੇ ਨਾ 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 ਪਾਸ਼ਾ ਨੇ ਆਪਣੇ ਨੌਜਵਾਨ ਇਦਾਂ ਦੇ ਤਿਆਰ ਕੀਤੇ ਨੇ ਤੇ ਇਸ ਕਮਾਲ ਦੀ ਗੱਲ ਹੈ 500 ਪਠਾਨ ਦਗਾ ਦੇ ਜਵੇ ਤੇ ਪਾਸ਼ਾ ਜੀ ਆਪਣੇ ਸਿੱਖਾਂ ਆਪਣੇ ਪਿਆਰੇ ਬੱਚਿਆਂ ਦੇ ਬਲ ਦੇ ਉੱਤੇ ਪੰਗਾਣੀ ਦੇ ਜੁੱਧ ਵਿੱਚ ਹਿੰਦੂ ਪਹਾੜੀ ਰਾਜਿਆਂ ਦੇ ਇਹੋ ਜਿਹੇ ਦੰਦ ਖੱਟੇ ਕਰਨ ਉਹਨਾਂ ਨੂੰ ਸਮਝ ਲੱਗੀ ਕਿ ਇਹਨਾਂ ਦੀ ਟ੍ਰੇਨਿੰਗ ਕੋਈ ਆਮ ਕਿਸੇ ਨੇ ਨਹੀਂ ਕੀਤੀ ਇਹਨਾਂ ਨੂੰ ਸਿੱਖਿਆ ਦੇਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਖੁਦ ਆਫਨੇ ਪਹਿਲਾ ਜੁੱਧ ਪੰਗਾ ਨਹੀਂ ਦਾ ਹੁੰਦਾ ਉਸ ਤੋਂ ਬਾਅਦ ਨਿੱਕੀਆਂ ਨਿੱਕੀਆਂ ਜੰਗਾਂ ਤੇ ਬਹੁਤ ਹੋਈਆਂ ਪਾਤਸ਼ਾਹ ਕਦੀ ਕਦੀ Hindu ਪਹਾੜੀ ਰਾਜਾਂ ਦੀ ਮਦਦ ਵੀ ਕਰਦੇ ਰਹੇ ਤੁਸੀਂ ਇਤਿਹਾਸ ਨਾਲ ਪੜੋਗੇ ਸਮਝ ਆ ਜਾਊਗੀ ਜਦੋਂ ਔਰੰਗਜ਼ੇਬ ਨੇ ਤਾਂ ਤਸ਼ੱਦਦ ਕਰਦਾ ਸੀ ਤੇ ਉਹ ਫਿਰ Hindu ਪਹਾੜੀ ਰਾਜੇ ਗੁਰੂ ਸਾਹਿਬ ਦੇ ਕੋਲ ਹੈਲਪ ਵੀ ਮੰਗਦੇ ਰਹੇ ਕੋਈ ਪਾਤਸ਼ਾਹ ਨੂੰ ਪਤਾ ਸੀ ਵੀ ਜੇ ਮੈਂ ਇਹਨਾਂ ਦੀ ਮਦਦ ਨਹੀਂ ਕਰਾਂਗੇ ਆਮ ਆਮ ਮਾਵਾਂ ਦੇ ਪੁੱਤ ਫੇ ਮਰਨੇ ਨੇ ਫੋਣੀ ਦਾ ਮਨ ਗੁਰੂ ਸਾਹਿਬ ਦਾ ਕਿਸੇ ਨਾਲ ਵੈਰ ਨਹੀਂ ਹੈਗਾ ਜਿਹੜੇ ਆਪਾਂ ਕਹਿੰਦੇ ਗੁਰੂ ਸਾਹਿਬ ਨੇ ਜੰਗਾਂ ਲੜੀਆਂ ਜੰਗਾਂ ਲੜੀਆਂ ਨਹੀਂ ਆ ਉਹ ਲੜਨ ਆਉਂਦੇ ਸੀ ਗੁਰੂ ਸਾਹਿਬ ਨੇ ਮੁਕਾਬਲਾ ਕੀਤਾ ਜੇ ਜੰਗ ਲੜਨਾ ਚਾਹੁੰਦੇ ਤੇ ਅਨੰਦਪੁਰ ਸਾਹਿਬ ਛੱਡਦੇ ਕਿਉਂ ਮਹਾਰਾਜ ਜੇ ਗੁਰੂ ਸਾਹਿਬ ਜੰਗ ਆਜਾ ਮੇ ਇਹੋ ਗੱਲ ਗਾਂਧੀ ਨੇ ਕਹੀ ਸੀ ਨਾ ਗੁਜਰਾਤ ਦੀ ਧਰਤੀ ਗੁਰੂ ਗੋਬਿੰਦ ਸਿੰਘ ਭੁੱਲੜ ਤੇ ਕੁਰਾਇਆ ਦੇਸ਼ ਭਗਤ ਹੈ ਤੇ ਪ੍ਰਿੰਸੀਪਲ ਗੰਗਾ ਸਿੰਘ ਨੇ ਪੁੱਛਿਆ ਸੀ ਕਿ ਕਿਉਂ ਭੁੱਲੜ ਤੇ ਕੁਰਾਇਆ ਦੇਸ਼ ਭਗਤ ਹੈ ਕਹਿੰਦੇ ਉਹ ਹਥਿਆਰ ਕੋ ਚੱਕੇ ਕਹਿੰਦੇ ਕਮਾਲ ਦੀ ਗੱਲ ਹੈ ਤੁਹਾਡੇ ਦੇਵੀ ਦੇਵਤੇ ਬਿਨਾਂ ਹਥਿਆਰਾਂ ਤੋਂ ਇੱਕ ਵੀ ਤਸਵੀਰ ਵਿਖਾ ਦਿਓ ਤੁਹਾਡੇ ਭਗਵਾਨ ਸਾਰੇ ਹਥਿਆਰਾਂ ਵਾਲੇ ਤੁਹਾਡੇ ਮੁਤਾਬਕ ਤੁਸੀਂ ਉਹਨਾਂ ਨੂੰ ਸਹੀ ਕਰਦੇ ਹੋ ਵੀ ਉਹ ਸਹੀ ਆ ਸਾਡੇ ਜੇ ਗੁਰੂ ਪਾਸ਼ਾ ਦੇ ਕੋਲ ਹਥਿਆਰ ਨਹੀਂ ਤਾਂ ਸਾਨੂੰ ਇਹ ਦੱਸੋ ਉਹਨਾਂ ਹਥਿਆਰਾਂ ਨਾਲ ਕਿਸ ਦਾ ਨੁਕਸਾਨ ਕੀਤਾ ਹਥਿਆਰ ਹਥਿਆਰ 'ਚ ਫਰਕ ਹੁੰਦਾ ਪਿਆਰਿਓ ਤੁਹਾਡੇ ਦੰਦ ਵਿੱਚ ਦਰਦ ਹੋਵੇ ਤੁਹਾਨੂੰ ਕਈ ਰਾਤਾਂੋਂ ਦੰਦ ਸੌਣ ਨਾ ਦੇਵੇ ਤੁਸੀਂ ਹਸਪੀਟਲ ਜਾਂਦੇ ਹੋ ਡਾਕਟਰ ਦੇ ਕੋਲ ਤੇ ਡਾਕਟਰ ਉਹ ਦੰਦ ਨੂੰ ਬਾਹਰ ਕੱਢ ਦਿੰਦਾ ਹੈ ਤੇ ਤੁਸੀਂ ਰਾਤ ਨੂੰ ਆਣ ਕੇ ਆਪਣੇ ਘਰ ਚੰਗੀ ਤਰ੍ਹਾਂ ਸੌਂਦੇ ਜੇ ਫਿਰ ਤੁਸੀਂ ਡਾਕਟਰ ਦਾ ਧੰਨਵਾਦ ਕਰਦੇ ਡਾਕਟਰ ਸਾਹਿਬ ਤੁਹਾਡਾ ਉੱਚੀ ਬੋਲੋ ਜੀ ਪਰ ਲੜਾਈ ਵਿੱਚ ਤੁਹਾਡਾ ਕੋ ਦੰਦ ਤੋੜ ਦੇਵੇ ਫਿਰ ਵੀ ਧੰਨਵਾਦ ਕਰਦੇ ਉਹਦਾ ਤੁਸੀਂ ਉੱਤੇ ਛੱਬੀ ਦਾ ਪਰਚਾ ਹੁੰਦਾ ਵੀ ਤੂੰ ਮੇਰਾ ਦੰਦ ਤੋੜਿਆ ਇੱਕ ਬੰਦਾ ਲਾਗੇ ਬੈਠਾ ਹੁੰਦਾ ਡਾਕਟਰ ਨੇ ਦੰਦ ਕੱਢਿਆ ਤੁਸੀਂ ਧੰਨਵਾਦ ਕੀਤਾ ਇੰਨੇ ਤੇਰਾ ਦੰਦ ਕੱਢਿਆ ਤੂੰ ਪਰਚਾ ਕਰਾਤਾ ਡਾਕਟਰ ਨੇ ਉਹ ਦੰਦ ਕੱਢਿਆ ਜਿਹੜਾ ਬੰਦੇ ਨੂੰ ਨਹੀਂ ਸੀ ਸੌਣ ਦਿੰਦਾ ਕੱਲਾ ਇਨਸਾਨ ਨੂੰ ਨਹੀਂ ਉਹਦੇ ਟੱਬਰ ਨੂੰ ਵੀ ਨਾਲ ਨਹੀਂ ਸੀ ਸੌਣ ਦਦਾ ਹੁਣ ਜਦੋਂ ਪਰਿਵਾਰਾਂ ਵਿੱਚ ਕਿਸੇ ਦਾ ਦੰਦ ਦਰਦ ਕਰਦਾ ਹੋਵੇ ਕਈ ਬੰਦਿਆਂ ਦੀ ਇਦਾਂ ਦੀ ਦਰਦ ਹੁੰਦੀ ਆ ਤੇ ਉਹ ਜਾ ਨਹੀਂ ਸਕਦੇ ਉਹ ਨਾਲ ਪਰਿਵਾਰ ਨੂੰ ਵੀ ਅਵਾਜ਼ਾਰ ਕਰਦੇ ਨਾਲ ਫਿਰ ਹੁੰਦਿਆ ਨਾ ਕਈ ਸਾਸਾਂ ਜੀ ਬਈ ਉਹ ਇਹ ਸੋਚਦੇ ਵੀ ਜੇ ਮੇਰਾ ਦੰਦ ਦਰਦਾ ਤੂੰ ਹੀ ਸਾਰਾ ਟੱਬਰ ਲਾ ਕੇ ਕਿਦਾਂ ਸੁੱਤੇ ਬਈ ਤੂੰ ਵੀ ਜਾਗੋ ਮੇਰੇ ਲਾ ਕੇ ਮੇਰੇ ਨਾਲ ਗੱਲਾਂ ਕਰੋ ਕਈ ਹੁੰਦੇ ਆ ਜਰ ਲੈਂਦੇ ਉਹ ਕਹਿੰਦੇ ਠੀਕ ਹੈ ਜੇ ਮੈਨੂੰ ਤਕਲੀਫ ਆ ਤੇ ਮੈਂ ਦੁਖ ਦਰਦ ਜਰ ਲਵਾਂਗਾ ਹਰ ਇਨਸਾਨ ਜਿਹੜਾ ਵਾ ਉਹਦੀ ਸੋਚ ਵੱਖਰੀ ਵੱਖਰੀ ਹੁੰਦੀ ਹੈ ਹੁਣ ਉਹ ਦੰਦ ਦਰਦ ਸੀ ਉਹਨੇ ਤੇ ਉਹ ਡਾਕਟਰ ਨੇ ਉਹਦਾ ਦੰਦ ਦਰਦ ਠੀਕ ਕਰਤਾ ਯਾਨੀ ਕਿ ਦੰਦ ਬਾਹਰ ਕੱਢਤਾ ਤੇ ਡਾਕਟਰ ਦਾ ਧੰਨਵਾਦ ਕੀਤਾ ਪਰਿਵਾਰ ਨੇ ਹੁਣ ਇੱਕ ਡਾਕਟਰ ਦੰਦ ਕੱਢਦਾ ਸੀ ਧੰਨਵਾਦ ਕਰਦੇ ਆ ਯਾਨੀ ਕਿ ਇੰਜ ਕਹਿ ਲਓ ਜੋ ਡਾਕਟਰ ਆਪਰੇਸ਼ਨ ਕਰਦਾ ਉਹਦੇ ਉਹਦੇ ਇਤਿਹਾਸ ਖੂਨ ਨਾਲ ਰੰਗੇ ਹੁੰਦੇ ਆ ਜਦੋਂ ਆਪਰੇਸ਼ਨ ਥੀਟਰ ਚ ਹੁੰਦਾ ਵੱਖਰੀ ਗੱਲ ਹੈ ਉਹਨੇ ਗਲਵਜ਼ ਪਾਏ ਹੁੰਦੇ ਆ ਪਰ ਹੱਥ ਤੇ ਫੇ ਵੀ ਉਹਦੇ ਕਹੋ ਨਾ ਲਿਬੜੇ ਹੁੰਦੇ ਆ ਨਾ ਪਰ ਇੱਕ ਕੋਈ ਕਿਸਦਾ ਕਤਲ ਕਰਦਾ ਤੇ ਆਪਾਂ ਨਾਲ ਹੀ ਉੱਥੇ ਪਰਚਾ ਕਰਾਉਣੇ ਵੀ 302 ਦਾ ਪਰਚਾ ਕਰੋ ਜਿਹਨੇ ਬੰਦਾ ਮਾਰਦਾ ਬਸ ਫਰਕ ਇਹ ਨਾ ਸਿੱਖ ਗੁਰੂ ਨੇ ਆਪਣੇ ਸਿੱਖਾਂ ਨੂੰ ਪਿਆਰੇ ਬੱਚਿਆਂ ਨੂੰ ਜਦੋਂ ਹਥਿਆਰ ਦਿੱਤੇ ਨਾ ਨਾਲ ਟ੍ਰੇਨਿੰਗ ਦਿੱਤੀ ਵੀ ਤੁਹਾਡੇ ਹੱਥ ਵਿੱਚ ਫੜੇ ਹੋਏ ਹਥਿਆਰ ਉਸ ਡਾਕਟਰ ਦੀ ਤਰ੍ਹਾਂ ਤੁਸੀਂ ਉਹ ਦੰਦ ਬਾਹਰ ਕੱਢਣਾ ਜਿਹੜਾ ਮਾਂ ਨੂੰ ਤਾ ਨੂੰ ਦਰਦ ਦੇ ਰਿਹਾ ਹੈ ਜਿਹੜਾ ਤਕਲੀਫ ਦੇ ਰਿਹਾ ਹੈ ਭੈ ਕਾਹੂੰ ਕੋ ਦੇਤ ਨਾ ਇਹ ਨਾ ਹੋਵੇ ਤੁਹਾਡੇ ਕੋਲ ਹਥਿਆਰ ਹੋਵੇ ਤੇ ਹੋਰ ਕੋ ਚਲਾਉਣ ਤੇ ਲੱਭੇ ਨਾ ਪਿਓ ਤੇ ਚਲਾ ਦੋ ਮਾਂ ਤੇ ਚਲਾ ਦੋ ਕਈਆਂ ਕੋਲ ਲਾਇਸੈਂਸੀ ਵੈਪਨ ਹੁੰਦੇ ਆ ਨਾ ਆਹ ਜਿਹੜੇ ਲਾਇਸੈਂਸੀ ਵੈਪਨ ਕਰਾਂ ਚ ਪਏ ਆ ਨਾ ਇਹ ਕਈ ਵਾਰੀ ਦੂਜਿਆਂ ਤੇ ਚੱਲਣ ਦੇ ਕੰਮ ਘਟ ਆਉਂਦੇ ਪਰਿਵਾਰਾਂ ਤੇ ਚੱਲ ਜਾਂਦੇ ਆ ਗੁੱਸਾ ਆ ਗਿਆ ਮਾਂ ਤੇ ਚਲਾਤਾ ਗੁੱਸਾ ਆ ਗਿਆ ਪਤਨੀ ਤੇ ਚਲਾਤਾ ਗੁੱਸਾ ਆ ਗਿਆ ਆਪਣੇ ਹੱਥੇ ਚਲਾਤਾ ਵੈਪਨ ਰੱਖਣਾ ਹਾਰੀ ਸਾਰੀ ਬੰਦੇ ਦੇ ਵਸ ਦੀ ਗੱਲ ਉਹੀ ਬੋਲੋ ਜੀ ਇਹ ਜ ਬੜਾ ਸਹਿ ਚਾਹੀਦਾ ਬਹੁਤ ਸਹਿ ਗੁੱਸਾ ਆ ਗਿਆ ਮਾੜੀ ਮਾੜੀ ਗੱਲ ਤੇ ਵੈਪਨ ਤੇ ਹੱਥ ਪਾਇਆ ਤਾਂ ਨੁਕਸਾਨ ਹੋ ਜੂ ਤੇ ਕਈਆਂ ਘਰਾਂ ਵਿੱਚ ਜਿਹੜਾ ਬੰਦਾ ਕਰੋਧੀ ਹੁੰਦਾ ਨਾ ਪਰਿਵਾਰ ਦੇ ਜੀ ਉਹਦੇ ਵੈਪਨ ਚ ਗੋਲੀਆਂ ਕੱਢ ਕੇ ਰੱਖਦੇ ਆ ਉਹ ਵੈਪਨ ਕਿਤੇ ਹੋਰ ਰੱਖਦੇ ਤੇ ਗੋਲੀਆਂ ਕਿਤੇ ਹੋਰ ਰੱਖਦੇ ਆ ਹੁਣ ਜਦ ਤਨ ਉਹਨੂੰ ਲੋਡ ਪੈਂਦੀ ਆ ਉਹ ਕੰਮ ਆਉਂਦਾ ਹੀ ਨਹੀਂ ਕਿਉਂ ਕੋਈ ਕਰਦਿਆ ਗੋਲੀਆਂ ਲਗਾਈਆਂ ਹੁੰਦੀਆਂ ਉਹਨਾਂ ਨੂੰ ਤੇ ਆਪਣੀ ਮੌਤ ਕਰਕੇ ਲਗਾਈਆਂ ਜਿਵੇਂ ਪਤਾ ਨਹੀਂ ਇਹਨੂੰ ਕਿਹੜੇ ਵੇਲੇ ਭੂਤ ਸਵਾਰ ਹੋ ਲੈਣਾ ਇਹਨੂੰ ਹੁਣ ਗੱਲ ਸਮਝਣ ਦੀ ਲੋੜ ਸੀ ਗੁਰੂ ਸਾਹਿਬ ਜੀ ਨੇ ਜੋ ਟ੍ਰੇਨਿੰਗ ਦਿੱਤੀ ਕਮਾਲ ਦੀ ਦਿੱਤੀ ਇਥੇ ਅਸੀਂ ਐਵੇਂ ਤਲਵਾਰਾਂ ਲਹਿਰਾਈਏ ਜਦੋਂ ਲੋੜ ਪੈਂਦੀ ਉਦੋਂ ਅਸੀਂ ਤੁਰਦੇ ਨਹੀਂ ਅੱਗੋਂ ਪਿਛੋਂ ਅਸੀਂ ਉਦਾਂ ਹੀ ਸੜਕਾਂ ਦੇ ਉੱਤੇ ਗਤਕਾ ਖੇਢੀ ਜਾਂਦੇ ਹੁਣ ਗੱਲ ਜ਼ਰੂਰ ਅਸੀਂ ਜਿਹੜੀ ਗੁਰੂ ਪਾਤਸ਼ਾਹ ਨੇ ਸਿੱਖਿਆ ਦਿੱਤੀ ਵਿਚਾਰ ਦਿੱਤੀ ਕਿ ਅਸੀਂ ਸਮਾਜ ਵਿੱਚ ਕਿੱਦਾਂ ਜ਼ਿੰਦਗੀ ਨੂੰ ਜੂਣਾ ਹੈ ਸੜਾ ਹਿਆਰ ਕਿੱਥੇ ਚੱਲਣਾ ਚਾਹੀਦਾ ਹੈ ਅਸੀਂ ਕਿਸੇ ਦੀ ਕਿਵੇਂ ਰੱਖਿਆ ਕਰਨੀ ਹੈ ਕਿਵੇਂ ਅਸੀਂ ਸਮਾਜ ਵਿੱਚ ਉੱਚਾ ਸਿਰ ਚੁੱਕਣ ਵਾਲੇ ਦੀ ਜਿਹੜੀ ਹੈ ਉਹਦੀ ਇੱਜ਼ਤ ਨੂੰ ਬਹਾਲ ਕਰਨਾ ਇਹ ਸਾਰੀਆਂ ਗੱਲਾਂ ਦਾ ਨੁਕਤੇਆਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਉਹ ਸਮਾ ਆਪਣੀ ਰਫਤਾਰ ਤੁਰਦਾ ਗਿਆ ਪਾਸ਼ਾ ਜੀ ਨੇ ਖੰਡੇ ਦੀ ਪੌਲ ਤਿਆਰ ਕੀਤੀ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਪਰ ਜਿਹੜੇ ਬ੍ਰਾਹਮਣ ਸੀ ਜਿਵੇਂ ਪ੍ਰੇਮੇ ਪ੍ਰੋਤ ਵਰਗੇ ਉਹ ਵੀ ਆਏ ਕਿਤੇ ਪਾਸ਼ਾ ਜੀ ਸਾਨੂੰ ਵੀ ਖੰਡੇ ਦੀ ਪੌਲ ਸਿਕਾਓ ਤੁਹਾਨੂੰ ਪਤਾ ਹੋਏਗਾ ਜਿਹੜੇ ਜਿਹੜਾ ਲੰਗਰ ਬਣਦਾ ਹੁੰਦਾ ਸੀ ਨਾ ਜਦੋਂ ਗੁਰਨਾਨ ਸਿੰਘ ਮਲਖਪਾਗੋ ਦੇ ਘਰ ਨਹੀਂ ਗਏ ਕਿਉਂਕਿ ਮਲਖਪਾਗੋ ਦੇ ਘਰ ਤਿੰਨ ਪੰਕਤਾਂ ਲੱਗੀਆਂ ਸੀ ਵੱਖਰੀਆਂ ਵੱਖਰੀਆਂ ਬ੍ਰਾਹਮਣ ਦੀ ਵੱਖਰੀ ਖੱਤਰੀ ਦੀ ਵੱਖਰੀ ਵੈਸ਼ ਦੀ ਵਖਰੀ ਤੇ ਸ਼ੂਦਰ ਵਿਚਾਰੇ ਦੀ ਪੰਗਤ ਘਰ ਤੋਂ ਬਾਹਰ ਸੀ ਆ ਆਪਣੀ ਜਿਹੜੀ ਸਭ ਤੋਂ ਵੱਡੀ ਵਿਡੱਪਣਤਾ ਕੀ ਆ ਇੱਥੇ ਜਿਹਦੀ ਮਾਲਕ ਇੱਕ ਫੈਕਟਰੀ ਦਾ ਮਾਲਕ ਉਹ ਵੀ ਪੰਗਤ 'ਚ ਬੈਠਾ ਹੁੰਦਾ ਜਿਹੜਾ ਉਹਦੀ ਫੈਕਟਰੀ 'ਚ ਵਰਕਰ ਹੁੰਦਾ ਉਹ ਵੀ ਉਹਦੀ ਪੰਗਤ 'ਚ ਕਈ ਵਾਰੀ ਹੋਵਦਾ ਜਿਹੜਾ ਫੈਕਟਰੀ 'ਚ ਵਰਕਰ ਹੋਵੇ ਉਹ ਪੰਗਤ 'ਚ ਬੈਠਾ ਹੋਵੇ ਤੇ ਮਾਲਕ ਉਹਨੂੰ ਦਾਲ ਵਰਤਾ ਰਿਹਾ ਹੋਵੇ ਹੁੰਦਾ ਕਿ ਨਹੀਂ ਹੁੰਦਾ ਬੋਲੋ ਸਾਹਿਬ ਜੀ ਕਈ ਵਾਰੀ ਜਿਹੜਾ ਕਿਸਾਨ ਹੁੰਦਾ ਜਿਹਦੀ ਆਪਣੀ ਜ਼ਮੀਨ ਆ 100 500 ਕਿਲਾ ਉਹਦੇ ਹੱਥ 'ਚ ਦਾਲ ਪ੍ਰਸ਼ਾਦੇ ਫੜਿਆ ਤੇ ਉਹਦੇ ਖੇਤਾਂ 'ਚ ਕੰਮ ਕਰਨ ਵਾਲਾ ਪੰਗਤ ਬੈਠਾ ਹੁੰਦਾ ਕਿਉਂਕਿ ਇਹ ਗੁਰੂ ਸਾਹਿਬ ਨੇ ਰਾਣਾ ਰੰਗ ਬਰਾਬਰੀ ਸੀ ਦਾ ਪੈਰੀ ਪਵਣਾ ਜਾਗਰਤਾ ਇਹ ਇਹੜਾ ਹੰਕਾਰ ਦਾ ਕਿਲਾ ਸੀ ਨਾ ਗੁਰੂ ਪਾਸ਼ਾ ਜੀ ਨੇ ਕੱਢਿਆ ਦਿਮਾਗ 'ਚ ਉਹ ਵੀ ਅਸੀਂ ਬਰਾਬਰ ਹੋ ਕੇ ਜ਼ਿੰਦਗੀ ਨੂੰ ਜੂਣਾ ਹੁਣ ਉਹ ਕੱਠੇ ਹੋ ਕੇ ਆਏ ਕਹਿੰਦੇ ਜੀ ਸਾਨੂੰ ਵੀ ਖੰਡੇ ਦੀ ਪੌਲ ਸਿਖਾਓ ਮਹਾਰਾਜ ਕਹਿੰਦੇ ਛਕਲੋ ਸਾਰਿਆਂ ਲਈ ਤਿਆਰ ਆ ਬੇ ਕਹਿੰਦੇ ਨੇ ਸਾਨੂੰ ਵੱਖਰੀ ਸਿਖਾਓ ਅਸੀਂ ਇਹਨਾਂ ਨਾਲ ਥੋੜਾ ਛਕਣੀ ਕਹਿੰਦੇ ਨਹੀਂ ਨਹੀਂ ਜੀ ਅਸੀਂ ਇਹਨਾਂ ਨਾਲ ਨਹੀਂ ਛਕਣੀ ਅਹੀ ਨਾ ਸ਼ਗਲਾਂ ਇਹ ਸਾਡੇ ਦੇ ਬਰਾਬਰ ਬਹਿ ਜਾਣਗੇ ਪਾਸ਼ਾ ਕਹਿੰਦੇ ਨੇ ਬਰਾਬਰ ਕਰ ਲਈ ਤੇ ਖੰਡੇ ਦੀ ਪੌਲ ਤਿਆਰ ਕੀਤੀ ਆਪਾਂ ਜੇ ਖੰਡੇ ਦੀ ਪੌਲ ਛਕਣ ਲੱਗਿਆ ਤੁਹਾਡੇ ਅੰਦਰ ਘਿਰਨਾ ਵਾ ਹੁਣ ਤੁਸੀਂ ਵੇਖੋ ਜਰਾ ਆਪਾਂ ਖੰਡੇ ਦੀ ਪੌਲ ਲੈਨੇ ਆ ਪੰਜ ਚੂਲੇ ਤੁਹਾਡੇ ਨਿਤਰਾ ਚ ਪੈਂਦੇ ਨੇ ਪੰਜ ਤੁਹਾਡੇ ਮੁਖ ਚ ਪੈਂਦੇ ਨੇ ਪੰਜ ਤੁਹਾਡੇ ਕੇਸਾਂ ਚ ਪੈਂਦੇ ਨੇ ਜਿਹੜਾ ਮਗਰੋਂ ਉਹਦੀ ਪੌਲ ਤਿਆਰ ਕੀਤੀ ਹੁੰਦੀ ਖੰਡੇ ਦੀ ਵੱ ਜਿਹੜੀ ਜਿਆਦੀ ਹੁੰਦੀ ਹੈ ਉਹ ਕੀ ਕਰੀਦੀ ਹੈ ਬਾਅਦ ਵਿੱਚ ਸਾਰਿਆਂ ਨੂੰ ਇਹਦਾ ਮੂੰਹ ਲਾ ਕੇ ਪਿਆਈ ਜਾਂਦੀ ਹੈ ਉਹ ਇਤਨੀ ਕਿਤੇ ਬਗਲਾਸ-ਗਲਾਸ ਲੈ ਲੋ ਸਾਰੇ ਨਾ ਨਾ ਕਿਤੇ ਬਾਟੇ ਨਾਲ ਮੂੰਹ ਲਾਓ ਜੇ ਤੁਹਾਡੇ ਬ੍ਰੇਨ ਚ ਉਸ ਵਕਤ ਇਹ ਆ ਜੇ ਇੱਥੇ ਇਹਦਾ ਮੂੰਹ ਲੱਗਾ ਮੈਂ ਇੱਥੇ ਮੂੰਹ ਕੋਲਾਵਾ ਫੇਰ ਇਹਦਾ ਮਤਲ ਅੰਦਰੋਂ ਚੀਜ ਜੇ ਬੋਲੋ ਜੀ ਨਹੀਂ ਗਈ ਨਹੀਂ ਅਜੇ ਇਹਦੇ ਅਜੇ ਅਜੇ ਦਿਮਾਗ ਚੋਂ ਖਿਆਲ ਗਿਆ ਨਹੀਂ ਹੁਣ ਉਹ ਗੁਰੂ ਸਾਹਿਬ ਜੀ ਨੇ ਜਿਹੜੀ ਇੱਕ ਇੱਕ ਸੁਰਤਾ ਦਿੱਤੀ ਸੀ ਸਾਨੂੰ ਹੁਣ ਖੰਡੇ ਦੀ ਪੌਲ ਤਾਨਾ ਲੈਂਦਾ ਤੇ ਜਿਹੜਾ ਅਮਰਤਵਾ ਸਾਡਾ ਮਨ ਛੱਡਦਾ ਹੁਣ ਆਪਾਂ ਕੀ ਕਰ ਰਹੇ ਆ ਅਕੀਰਤਨ ਹੋ ਰਿਹਾ ਸੀ ਪਾਠ ਹੋ ਰਿਹਾ ਸੀ ਇਹ ਮਨ ਸਾਡਾ ਅਮਰਤ ਪੀ ਰਿਹਾ ਵਾ ਬਾਣੀ ਦਾ ਖੰਡੇ ਦੀ ਪਾਉਲ ਇੱਕ ਵਾਰ ਛਕੀ ਜਾਂਦੀ ਆ ਅਮਰਤ ਰੋਜ਼ ਛਕਿਆ ਜਾਂਦਾ ਆ ਚੇਤਾ ਰੱਖਿਓ ਖੰਡੇ ਦੀ ਪਾਉਲ ਕਿਹ ਵਾਰ ਲਈ ਜਾਣੀ ਆ ਅਮਰਤ ਰੋ ਛਕਣਾ ਨਿਤਨੇਮ ਦੇ ਰੂਪ ਚ ਕੀਰਤਨ ਦੇ ਰੂਪ ਚ ਸਹਿਜ ਪਾਠ ਦੇ ਰੂਪ ਚ ਹੁਣ ਜਿਹੜਾ ਬੰਦਾ ਇਹ ਲੈਂਗੁਏਜ ਵਰਤਦਾ ਨਾ ਮੈਨੂੰ ਤਾਂ 30 ਸਾਲ ਹੋ ਗਏ ਅਮਰ ਛਕੇ ਨੂੰ ਇਹਦਾ ਮਤਲਬ ਉਹਨੇ ਜੇ ਡੈਫੀਨੇਸ਼ਨ ਤਾਂ ਹੀ ਨਹੀਂ ਪਤਾ ਕਦੀ ਬੰਦਾ ਇਹ ਕਹਵੇ ਜੀ ਮੈਨੂੰ ਤਾਂ 30 ਸਾਲ ਹੋ ਗਏ ਰੋਟੀ ਖਾਦੇ ਨੂੰ ਨਹੀਂ ਨਹੀਂ ਜੇ 30 ਸਾਲ ਰੋਟੀ ਖਾਦੇ ਨਾ ਉਹਦਾ ਉਹ ਤੁ ਜੂਦਾ ਕਰਦਾ ਹੈ ਰੋਟੀ ਤੇ ਰੋਜ਼ ਖਾਦੀ ਜਾਂਦੀ ਆ ਇਹ ਕਹ ਸਵੇਰੇ ਖਾ ਕੇ ਆ ਸ਼ਾਮ ਨੂੰ ਫੇਰ ਖਾਣੀ ਆ ਮੈਂ ਅੰਮ੍ਰਿਤ ਰੋਜ਼ ਪੀਣਾ ਵਾ ਜਿਨ ਵੜਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ ਉਹ ਅੰਮ੍ਰਿਤ ਕਿਹੜਾ ਸੀ ਉਹ ਨਾਮ ਅੰਮਰ ਸੀ ਬਾਣੀ ਦਾ ਆਹ ਵੋ ਸਿੱਖ ਸਤਗੁਰੂ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ ਤਾਂ ਗਾਵੋ ਬਾਣੀ ਆਸਰ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਅਜਾ ਅਮਰਤ ਪੀਣਾ ਛੱਡ ਦਿੱਤਾ ਸੀ ਸਦਾ ਰੋਹ ਹਰ ਰੰਗ ਅਸੀਂ ਤੇ ਅਮਰਤ ਹੀ ਕਈ ਬਣਾ ਲੈ ਜਿੱਥੇ ਪੈਰ ਧੋਨੇ ਉੱਥੇ ਵੀ ਅਮਰਤ ਜਿਹੜਾ ਲਾ ਕੇ ਘੜਾ ਰੱਖਿਆ ਉਹ ਵੀ ਅਮਰਤ ਅਹੀਂ ਪੁੱਛੋ ਜੀ ਕੀ ਆਹ ਜੀ ਇਹਨੇ ਬਾਣੀ ਸੁਣੀ ਆ ਬਾਣੀ ਤੇ ਤੁਹਾਡੀ ਟੈਂਕੀ ਦੇ ਵੀ ਸੁਣੀ ਪਾਣੀ ਵਾਲੇ ਜਿੱਥੇ ਸਪੀਕਰ ਵੱਧਾ ਬੋਲੋ ਸਾ ਸੰਗਤ ਜੀ ਅਸੀਂ ਖਲੋਤੇ ਕਿੱਥੇ ਆ ਸਾਨੂੰ ਸਤਿਗੁਰ ਨੇ ਸਿੱਖ ਰਹਿਤ ਮਰਿਆਦਾ ਪੜ੍ਹ ਕੇ ਵੇਖੋ ਉੱਤੇ ਲਿਖਿਆ ਆ ਕੁੰਭ ਨਾਰੀਅਲ ਕੜਾ ਸਾਡੇ ਦੇ ਖੰਡ ਪਾਠ ਗੁਰਬਾਣੀ ਦੇ ਪਾਠ ਨਾਰੀਅਲ ਕੁੰਭ ਤੋਂ ਬਿਨਾ ਨਹੀਂ ਹੋ ਰਹਾ ਤੇ ਗੱਲਾਂ ਪਤਾ ਕਹਿੰਦੇ ਨੇ ਅਸੀਂ ਨਿਆਰੇ ਆ ਨਿਆਰੇ ਕਿਦਾਂ ਭਈ ਮੰਦਰ ਤੇ ਅਗਲੇ ਨਾਲੇ ਚੜਾਉਂਦੇ ਤੁਹਾਡੇ ਖੰਡ ਪਾਠ ਨਾਰੀਅਲ ਤੋਂ ਬਿਨਾ ਨਹੀਂ ਹੁੰਦੇ ਅੱਛਾ ਪੁੱਛੋ ਜੀ ਇਹ ਨਾਰੀਅਲ ਰੱਖਣਾ ਕਿਉਂ ਕਹਿੰਦੇ ਜੀ ਪਹਿਲਾਂ ਬਾਣੀ ਦਾ ਪਾਠ ਨਾਰੀਅਲ ਜਾਂਦਾ ਫਿਰ ਜੇ ਪਾਠ ਸਫਲ ਹੋ ਜਾਏ ਤੇ ਗਰੀਓ ਚੋਂ ਸਹੀ ਨਿਕਲਦੀ ਅੱਛਾ ਪਹਿਲਾਂ ਪਾਠ ਨਾਰੀਅਲ ਚ ਵੜਨਾ ਫਿਰ ਗਰੀ ਆਪਾਂ ਖਾਣੀ ਸਿੱਧੀ ਬਾਣੀ ਸੁਣ ਲਓ ਇਹ ਮੈਂ ਕੋਲੋਂ ਨਹੀਂ ਕਰਿਆ ਸਿੱਖ ਰਿਆ ਤੇ ਮੇਰਾ ਦਾ ਪੜ੍ਹ ਲੂ ਉੱਚ ਲਿਖਿਆ ਕੋਮਬੋ ਨਾਰੀਅਲ ਇਹ ਇਹ ਮਨਮਤਵਾ ਆ ਤੂਫ ਅਰਗਬਤੀ ਇਹ ਸਿਰਫ ਵਾਤਾਵਰਨ ਨੂੰ ਸੁਗੰਧਿਤ ਕਰਨ ਵਾਸਤੇ ਸੀ ਵਾਤਾਵਰਨ ਨੂੰ ਸੁਗੰਧਿਤ ਕਰ ਹੁਣ ਆਪਾਂ ਵੇਖੋ ਇੱਥੇ ਬੈਠੇ ਤੁਸੀਂ ਇੱਕ ਅਰਗਬਤੀ ਲਾ ਦੋ ਫਿਰ 2 ਘੰਟੇ ਬਾਅਦ ਫਿਰ ਕੋਈ ਅੱਜ ਕੱਲ ਤਾਂ ਕਈ ਸਪ੍ਰੇਆ ਆ ਗਈਆਂ ਬੜਾ ਕੋਈ ਵੀ ਵਾਤਾਵਰਨ ਸਾਫ਼ ਰਵੇ ਹੋਰ ਕੁਝ ਨਹੀਂ ਹੁਣ ਕਈਆਂ ਨੇ ਸੌ ਖਾਦੀ ਹੁੰਦੀ ਵੀ ਜੇ ਅਖੰਡ ਪਾਠ ਰੱਖਿਆ ਵਾ ਤੇ ਨਾਲ ਐਡਾ ਵੱਡਾ ਝੋਲਾ ਨਾਲ ਅਰਗਬਤੀਆਂ ਦਾ ਪਰਸੋਂ ਤੱਕ ਆਪਾਂ ਇਹਨੂੰ ਮਲੇ ਇੱਕ ਥਾਲੀ ਸਵਾਦ ਹੀ ਭਰਨੀ ਭਰਨੀ ਹੈ। ਪਾੜ ਸੁਣੀਏ ਨਾ ਸੁਣੀਏ ਅਗਰਬਤੀਆਂ ਚਾਰ ਲਾਈ ਜਾਣੀਆਂ ਨੇ। ਫਿਰ ਉਹ ਗਰੰਥੀ ਵਿਚਰਾ ਹੱਥ ਮਾਰਦਾ ਕਿਉਂ ਵੀ ਮੈਨੂੰ ਦਮੇ ਦੀ ਪ੍ਰੋਬਲਮ ਹੈ ਸਾਹ ਨਹੀਂ ਆਉਂਦਾ ਨਾ ਲਾਓ। ਉਹਨੂੰ ਕਹਿੰਦੇ ਖਸਖਸ ਲਿਆਂਦੀ ਅਸੀਂ ਤੇ। ਆ ਬਦਾਮ ਆ ਤੜਕੇ ਵਾਲੀ ਚਾਹ ਨਾਲ ਤੁਸੀਂ ਬਣਾਓ ਨਾਲੇ। ਬੋਲੋ ਜੀ। ਜੇ ਕਿਤੇ ਘੋ ਵੱਧ ਪੈ ਗਿਆ ਕੋ ਖਸਖਸ ਵੱਧ ਪੈ ਗਈ ਜੇ ਉਹਨੂੰ ਵਿਚਾਰੇ ਨੂੰ ਅਟੈਕ ਹੋ ਗਿਆ ਕਣ ਲੈ ਖਾਂਦਾ ਪੀਂਦੇ ਚਲਾ ਗਿਆ। ਅੱਜ ਐਕਸਰਸਾਈਜ਼ ਨਹੀਂ ਹੈਗੀ ਬੰਦੇ ਦੀ ਖੁਰਾਕ ਮੋਟੀ ਹੈ। ਹਰੇ ਕਾਰ ਲੱਭ ਕੇ ਵੇਖੋ ਨਾ ਜਿਹੜੀਆਂ ਜਿਹੜੀਆਂ ਸਾਨੂੰ ਬੇਸਿਕ ਜ਼ਰੂਰਤਾਂ ਸੀ ਬਾਣੀ ਸਮਝਣ ਦਾ ਵਿਸ਼ਾ ਸੀ ਹਰ ਜਿਵੇਂ ਜਿਵੇਂ ਅਮਰਤ ਰੋਗ ਛਕਣਾ ਵਾ ਖੰਡੇ ਦੀ ਪੌਲ ਇੱਕ ਵਾਰ ਲਈ ਜਣੀ ਆ ਇਦਾਂ ਪਾਠ ਵੀ ਸਾਡੇ ਕਰ ਰੋਜ਼ਾਨਾ ਹੋਣਾ ਚਾਹੀਦਾ ਹੈ ਸਹਿਜ ਪਾਠ ਰੋਜ਼ਾਨਾ ਸਹਿਜ ਭਾਵੇਂ ਇੱਕ ਅੰਕ ਰੋਜ਼ ਪੜੋ ਅੱਧਾ ਪੜੋ ਆ ਮੈਂ ਕਹਿੰਦਾ ਐਸ ਪ੍ਰਕਾਸ਼ਪੁਰੂ ਤੇ ਇੱਕ ਇੱਕ ਬੇਨਤੀ ਪ੍ਰਵਾਨ ਕਰ ਲੋ ਜਿਨ੍ਹਾਂ ਧੀਆਂ ਪੁੱਤਾਂ ਦੇ ਆਉਣ ਵਾਲੇ ਸਮੇਂ ਚ ਆਨੰਦ ਕਾਰਜ ਹੋਣਿਆ ਨਾ ਆਪੋ ਆਪਣੇ ਅਨੰਦ ਕਾਰਜਾਂ ਤੇ ਆਪਣੇ ਆਪਣੇ ਸਹਿਜ ਪਾਠ ਖੁਦ ਆਪ ਕਰੋ ਸਾਡੇ ਦਿਨ ਬਣਾਏ ਸਫਲ ਕਿਉਂ ਸਾਧ ਸੰਗਤ ਜੀ ਬਲੇ ਸੋਨਹਾਰੇ ਸੋਨਹਾਰੇ ਆਉਣ ਵਾਲੇ ਸਮੇਂ ਜਿੰਨਾ ਬੱਚਿਆਂ ਦੇ ਆਉਣ ਵਾਲੇ ਸਮੇਂ ਚ ਅਨੰਦ ਕਾਰਜਾ ਧੀਆਂ ਪ੍ਰਾਣ ਕਰ ਲੈਣ ਪੋਥੀ ਲੈ ਆਓ ਰੋਜ਼ 1 ਅੰਕ 2 ਅੰਕ 10 ਅੰਕ 20 ਅੰਕ ਜਿੰਨੇ ਪੜ ਸਕਦੇ ਤੁਸੀਂ ਤਾਨੂੰ ਸਾਰੀ ਜ਼ਿੰਦਗੀ ਚੇਤਾ ਰਹੂ ਬੱਚਿਆਂ ਜਦੋਂ ਤੁਸੀਂ ਬੱਚਿਆਂ ਵਾਲੀਆਂ ਹੋ ਗਿਆ ਬੱਚਿਆਂ ਵਾਲੇ ਬੱਚੇ ਹੋ ਗਏ ਪੁੱਤ ਹੋ ਗਏ ਸਾਡੇ ਘੜੀ ਜਵਾਨ ਜਿਹੜੇ ਬੱਚਿਆਂ ਦੇ ਆਨੰਦਕਾਰ ਜੋ ਨੇ ਉਹ ਚੇਤਾ ਕਰਨਗੇ ਆਪਣੇ ਜਵਾਕਾਂ ਨੂੰ ਦੱਸਣਗੇ ਪੁੱਤ ਜਦੋਂ ਮੇਰਾ ਆਨੰਦਕਾਰਜ 2024 ਚ ਹੋਇਆ ਸੀ ਨਾ ਮੈਂ ਆਪਣੇ ਆਨੰਦਕਾਰ ਦਾ ਸਹਿਜ ਪਾਠ ਖੁਦ ਆਪ ਕੀਤਾ ਸੀ ਤੇ ਤੁਹਾਡੇ ਬੱਚੇ ਤੁਹਾਡੇ ਲਈ ਕੀ ਆਪ ਬਾਣੀ ਪੜਨਗੇ ਘਰਾਂ ਚ ਮਾਹੌਲ ਸਾਡਾ ਬਣੂਗਾ ਪਰ ਅੱਜ ਸਾਡੇ ਘਰਾਂ 'ਚ ਇਹ ਰੁਚੀ ਹੈ ਨਹੀਂ ਸਾਡੇ ਦਿਨ ਮਨਾਏ ਤਾਂ ਸਫਲ ਨੇ ਆਪ ਬਾਣੀ ਪੜੋ ਤੇ ਆਪ ਸਮਝੋ ਹੁਣਾਂ ਮੋਟੀਆਂ-ਮੋਟੀਆਂ ਮਾਂ ਗੱਲਾਂ ਤੁਹਾਡਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੀਵਨ ਚੋਂ ਕੀਤੀਆਂ ਨੇ ਖੰਡੇ ਦੀ ਪਾਉੜ ਪਾਸ਼ਾ ਨੇ ਤਿਆਰ ਕੀਤੀ ਇੱਕ ਕਰਨ ਵਾਸਤੇ ਸਾਨੂੰ ਜਾਤ ਪਾਤ ਦਾ ਵਹਿਮ ਭਰਮ ਦਾ ਜਿਹੜਾ ਕਿਲਾ ਦਿਮਾਗ ਦੇ ਵਿੱਚ ਸੀ ਉਹ ਕੱਢਿਆ ਕਿ ਆਓ ਭਾਈ ਆਪਾਂ ਇਕੱਠੇ ਹੋ ਕੇ ਬਈਏ ਫਿਰ ਜਦੋਂ ਲੰਗਰ ਵਰਤਾਉਣ ਦੀ ਵਾਰੀ ਆਉਣੀ ਪਾਸ਼ਾ ਜੀ ਨੇ ਇਕੱਠਿਆਂ ਨੂੰ ਲੰਗਰ ਛਕਾਉਣਾ ਫਿਰ ਬ੍ਰਾਹਮਣਾਂ ਨੇ ਆਣ ਕੇ ਨਾ ਸਾਨੂੰ ਬੁਲਾਇਆ ਨਹੀਂ ਮਹਾਰਾਜ ਤੇ ਪਾਸ਼ਾ ਉਹ ਕਿ ਉਹ ਗਿੱਜੇ ਸੀ ਉਸ ਕੰਮ ਦੇ ਕਿ ਜਿਹਨੋਂ ਕੋ ਭੋਜਨ ਤਿਆਰ ਕਰਦਾ ਸਭ ਤੋਂ ਪਹਿਲਾਂ ਬ੍ਰਾਹਮਣ ਨੂੰ ਸਿਕਾਇਆ ਜਾਂਦਾ ਸੀ ਬ੍ਰਾਹਮਣ ਤੋਂ ਬਾਅਦ ਦੂਜਿਆਂ ਦੀ ਵਾਰੀ ਆਉਂਦੀ ਸੀ ਇੱਥੇ ਪਾਸ਼ਾ ਜੀ ਸਾਰਿਆਂ ਨੂੰ ਕਹਣਾ ਵੀ ਆਓ ਛਕੋ ਉਹਨਾਂ ਕਹਣਾ ਮਾਰੇ ਸਾਨੂੰ ਨਹੀਂ ਬੁਲਾਇਆ ਤੇ ਪਾਸ਼ਾ ਕੀ ਕਹਿੰਦੇ ਸੀ ਬੁਲਾ ਕਿਉਂ ਉਹ ਯਾਰ ਤੁਹਾਡਾ ਚੇਤਾ ਭੁੱਲ ਗਿਆ ਉਹ ਯਾਰ ਤੁਹਾਡਾ ਹੁਣ ਵਿਆਹ ਜਿਹਨੂੰ ਨਾ ਨਾ ਬੁਲਾਉਣਾ ਹੋਵੇ ਕੀ ਕਹੀਦਾ ਭਰਾ ਕਿਤੇ ਆਪ ਨੂੰ ਰਾਜ ਮਿਲ ਪਵੇ ਕੋਈ ਬੰਦਾ ਉਹ ਕਹਵੇਗਾ ਯਾਰ ਤੁਸੀਂ ਆਪਣੇ ਬੇਟੇ ਦਾ ਨੰਦਕਾਰਜ ਕਰ ਲਿਆ ਮੇਰੇ ਕੋਲ 1100 ਰੁਪਏ ਸਗੰਦਾ ਨਹੀਂ ਸੀ ਹੈਗਾ 2100 ਮੈਂ ਵੀ ਪਾਉਂਦਾ 5100 ਮੈਂ ਵੀ ਪਾਉਂਦਾ ਤੁਹਾਡਾ ਤੁਹਾਡਾ ਜਵਾਬ ਪਹਿਲਾਂ ਕੀ ਹੁੰਦਾ ਸੌਰੀ ਯਾਰ ਤੇਰਾ ਖਿਆਲ ਨਹੀਂ ਰਿਹਾ ਹੁਣ ਇਹਦਾ ਮਤਲਬ ਆ ਕਦੀ ਉਸ ਜਿਹਦਾ ਨਾਮ ਕਰਦਾ ਉਹਦੇ ਨਾਂ ਨਕੇ ਭੁੱਲੇ ਆਪਾਂ ਨੂੰ ਦਾਦ ਕੇ ਭੁੱਲੇ ਤੁਹਾਨੂੰ ਨਿਕਟਵਰਤੀ ਬੰਦਾ ਕਦੀ ਵੀ ਨਹੀਂ ਭੁੱਲਦਾ ਇਹਦਾ ਮਤਲਬ ਜੇ ਭੁੱਲ ਗਿਆ ਨਾ ਤੁਹਾਡੀ ਜ਼ਿੰਦਗੀ 'ਚ ਉਹਦੀ ਏਡੀ ਅਹਿਮੀਅਤ ਨਹੀਂ ਸੀ ਹੈਗੀ ਇਹ ਗੱਲ ਉਹਨੂੰ ਵੀ ਸਮਝ ਲੈਣੀ ਚਾਹੀਦੀ ਹੈ ਉਹਨੂੰ ਸਮਝ ਲੈਣੀ ਚਾਹੀਦੀ ਵੀ ਉਹਦੀ ਜ਼ਿੰਦਗੀ ਤੇਰੀ ਇੰਨੀ ਅਹਿਮੀਅਤ ਨਹੀਂ ਸੀ ਹੈਗੀ ਜੇ ਹੁੰਦੀ ਤੇ ਤੈਨੂੰ ਭੁੱਲਦਾ ਨਾ ਕਦੀ ਪਾਸ਼ਾ ਕਹਿੰਦੇ ਯਾਰ ਤੁਹਾਡਾ ਖਿਆਲ ਨਹੀਂ ਰਿਹਾ ਉਹਨਾਂ ਨੂੰ ਅਹਿਸਾਸ ਕਰਾਉਣਾ ਚਾਹੁੰਦੇ ਸੀ ਕਿ ਤੁਹਾਨੂੰ ਕਿਸੇ ਨੇ ਵਹਿਮ ਪਾਤਾ ਵੀ ਤੁਹਾਡੇ ਬਿਨਾ ਜੱਗ ਸੰਪੂਰਨ ਨਹੀਂ ਆ ਤੁਹਾਡੇ ਦਿਮਾਗ 'ਚ ਕਿਸੇ ਨੇ ਇਹ ਪਾਤਾ ਵੀ ਤੁਹਾਡੇ ਬਿਨਾ ਜੱਗ ਸੰਪੂਰਨ ਨਹੀਂ ਆ ਇਹ ਜੱਗ ਸੰਪੂਰਨ ਹੋਣਗੇ ਆ ਘਾਵ ਖੋਤਣ ਵਾਲੇ ਆ ਜ਼ਮੀਨ ਵਾਉਣ ਵਾਲੇ ਆ ਸੁਧਾਰਨ ਦਿਹਾੜੀ ਕਿਰਤ ਕਰਨ ਵਾਲੇ ਆ ਦਾਣ ਸਰਦੀਆਂ ਖੁਦ ਤਿਆਰ ਕਰਨ ਵਾਲੇ ਜਿਹੜਿਆਂ ਖੁਰਪਣਾ ਨਾਲ ਦਾੜਾਂ ਤਿਆਰ ਕਰਦੇ ਇਹ ਲੋੜਪੈਣ ਤੇ ਉਹ ਖੁਰਪਣਾ ਮੈਦਾਨੇ ਜੰਗ 'ਚ ਵੀ ਵਰਤ ਲੈਂਦੇ ਸੀ ਘੋੜਿਆਂ ਦੇ ਉੱਤੇ ਖੜਕਣਾ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਆਪਾਂ ਪੜਦੇ ਆ ਇਹ ਚਾਰੇ ਕੰਮ ਵੰਡੇ ਹੋਏ ਸੀ ਖੱਤਰੀ ਦਾ ਕੰਮ ਸੀ ਜੰਗ ਕਰਨਾ ਵੈਸ਼ ਦਾ ਕੰਮ ਸੀ ਵਪਾਰ ਕਰਨਾ ਬ੍ਰਾਹਮਣ ਦਾ ਕੰਮ ਸੀ ਗ੍ਰੰਥ ਪੜ੍ਹਨੇ ਸ਼ੂਦਰ ਦਾ ਕੰਮ ਸੀ ਇਹਨਾਂ ਤਿੰਨਾਂ ਦੀ ਸੇਵਾ ਕਰਨੀ ਪਾਤਸ਼ਾਹ ਜੀ ਨੇ ਇੱਕੇ ਬੰਦੇ 'ਚ ਸਾਰੀਆਂ ਕੁਆਲਿਟੀਆਂ ਪੈਦਾ ਕਰਦੀਆਂ ਜਦੋਂ ਤੂੰ ਗੁਰਬਾਣੀ ਪੜਦਾ ਪਾਠ ਕਰਦਾ ਉਦੋਂ ਤੂੰ ਬਿੱਪਰ ਵਾਲਾ ਵੀ ਰੋਲ ਅਦਾ ਕਰ ਰਿਹਾ ਤੇਨੂੰ ਕਿਸੇ ਬੇਪਰ ਦੀ ਲੋੜ ਨਹੀਂ ਜਦੋਂ ਤੂੰ ਲੰਗਰ ਵਿੱਚ ਜਾ ਕੇ ਦਾਲ ਵਰਤਉਣਾ ਪਾਣੀ ਵਰਤਉਣਾ ਝਾੜੂ ਪੋਚੇ ਲੋਣਾ ਇਹ ਕੰਮ ਸ਼ੁੱਧਰ ਦਾ ਸੀ ਤੇਰੇ ਚੋ ਵੀ ਗੁਣ ਭਰ ਦਤਾ ਜਦੋਂ ਤੂੰ ਬਿਜ਼ਨਸ ਵਪਾਰ ਕਰਦਾ ਕੋਈ ਧੰਦਾ ਕਰਦਾ ਕੋਈ ਨੌਕਰੀ ਕਰਦਾ ਤੂੰ ਵੈਸ ਵਾਲਾ ਕੰਮ ਵੀ ਕਰਦਾ ਤੇ ਜੇ ਕੋਈ ਦੁਸ਼ਮਣ ਚੜ ਕੇ ਆ ਜੇ ਗਾੜੀਆਂ ਤੂੰ ਉਹਦੇ ਦੰਦ ਖੱਟੇ ਕਰਦਾ ਤੇਰੇ ਕੋਲ ਖਤਰੀ ਵਾਲਾ ਗੁਣ ਵੀ ਹੈਗਾ ਜਾਨੀ ਕਿ ਇੱਕੇ ਬੰਦੇ ਚ ਤਿੰਨ ਸਾਰੇ ਗੁਣ ਮੁਕੰਮਲ ਕਰ ਦਿੱਤੇ ਇਹ ਨਹੀਂ ਵੀ ਤੂੰ ਕਿਸੇ ਚੀਜ਼ ਦਾ ਮਥਾ ਮੋਤਾਜ ਹੋਵੇਂ ਪਰ ਅੱਜ ਸਾਡੇ ਚੋਂ ਗਵਾਚ ਗਈਆਂ ਚੀਜ਼ਾਂ ਹੌਲੀ-ਹੌਲੀ ਅੱਜ ਅਸੀਂ ਇਹ ਚੀਜ਼ਾਂ ਆਪਣੀ ਜ਼ਿੰਦਗੀ ਚੋਂ ਬਾਹਰ ਕੱਢ ਕੇ ਬਹਿ ਗਏ ਆ ਲੋੜ ਆ ਵਾਪਸ ਲਿਆਉਣ ਦੀ ਅਸੀਂ ਇਹਨਾਂ ਗੱਲਾਂ ਨੂੰ ਸਮਝੀਏ ਜੇ ਪਾਤਸ਼ਾਹ ਦੇ ਅਸੀਂ ਪ੍ਰਕਾਸ਼ ਪਰ ਮਨਾ ਰਹੇ ਆ ਤੇ ਆਪਣੇ ਅੰਦਰ ਵੀ ਚੇਤਨਤਾ ਲੈ ਕੇ ਆਈਏ ਉਹ ਜਾਗਰਤੀ ਲੈ ਕੇ ਆਈਏ ਜੋ ਗੁਣ ਜੋ ਹਲੇਮੀ ਜੋ ਸੰਸਕਾਰ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਦਿੱਤੇ ਸੀ ਕਦੀ ਜਿਵੇਂ ਕਹਿੰਦੇ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਸਾਨੂੰ ਦੂਜਿਆਂ ਦਾ ਧਰਮ ਦੂਜਿਆਂ ਦੀ ਮਰਿਆਦਾ ਬੜੀ ਚੰਗੀ ਲੱਗਦੀ ਪਰ ਤੁਹਾਡੀ ਮਰਿਆਦਾ ਨਾਲ ਦੀ ਤੁਹਾਡੇ ਨਿਜਮ ਨਾਲ ਤਾਂ ਕਿਸੇ ਕੋਈ ਨਿਜਮ ਹੈ ਹੀ ਨਹੀਂ ਜਿਹੜੀ ਫਲਸਫੀ ਤੁਹਾਡੇ ਗੁਰੂ ਨੇ ਤੁਹਾਨੂੰ ਦਿੱਤੀ ਆ ਅਸੀਂ ਤੇ ਆਪਣੀ ਪੜ ਵਿਚਾਰ ਸਕਿਆ ਹੀ ਨਹੀਂ ਔਰਤ ਦੇ ਮਾਮਲੇ 'ਚ ਜਿੱਦੀ ਵੱਡੀ ਖੁੱਲ੍ਹ ਦਿਲੀ ਵਿਚਾਰ ਧਾਰਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੈ ਕੋਈ ਮੁਕਾਬਲਾ ਕਿਸੇ ਹੋਰ ਮਜ਼ਬ ਦੇ ਵਿੱਚ ਇਦਾਂ ਦਾ ਪਰ ਪਤਾ ਨਹੀਂ ਸਾਡੇ ਅੱਜ ਸਮਾਜ ਨੂੰ ਕੀ ਹੋ ਗਿਆ ਅਸੀਂ ਭੱਜਦੇ ਫਿਰਦੇ ਆ ਉਹਦੇ ਪਿੱਛੇ ਮੈਂ ਜੋ ਕਾਰਨ ਮਹਿਸੂਸ ਕਰਦਾ ਇਹੋ ਹੀ ਆ ਕਿ ਅਸੀਂ ਆਪਣੇ ਗੁਰੂ ਦੀ ਬਾਣੀ ਇਤਿਹਾਸ ਵਿਚਾਰਾਂ ਖੁਦ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਤੁਸੀਂ ਖੁਦ ਪੜੋਗੇ ਤੁਹਾਨੂੰ ਪਤਾ ਹੋਏਗਾ ਤੁਹਾਡਾ ਆਪਣਾ ਵਿਰਸਾ ਬੜਾ ਕਮਾਲ ਦਾ ਹੈ ਤੁਹਾਡੀ ਸਿੱਖੀ ਸਿਧਾਂਤ ਬੜੀ ਕਮਾਲ ਦੀ ਹੈ ਵਿਚਾਰਧਾਰਾ ਤੁਹਾਡੀ ਬੜੀ ਕਮਾਲ ਦੀ ਹੈ ਜਦੋਂ ਤੁਸੀਂ ਆਪ ਗੁਰਬਾਣੀ ਪੜੋਗੇ ਆਪ ਸਹਿਜ ਪਾਠ ਕਰੋਗੇ ਆਪ ਗੁਰਬਾਣੀ ਦਾ ਅਧਿਐਨ ਕਰੋਗੇ ਤੁਹਾਨੂੰ ਐ ਦਿਮਾਗ ਖੁੱਲਦਾ ਜਾਊਗਾ ਜਿਵੇਂ ਆਪਾਂ ਬਾਣੀ ਚ ਪੜਦੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਉਡਾਨੀ ਭਰਮ ਕੀ ਟਾਟੀ ਜਦੋਂ ਹਨੇਰੀ ਆਉਂਦੀ ਛੰਨਾ ਉਡਾ ਕੇ ਲੈ ਜਾਂਦੀ ਆ ਜਦੋਂ ਗਿਆਨ ਦੀ ਹਨੇਰੀ ਆਉਣੀ ਆ ਨਾ ਤੁਹਾਡੇ ਅੰਦਰ ਅਗਿਆਨਤਾ ਦੀਆਂ ਭਰਮਾਂ ਦੀਆਂ ਵਹਿਮਾਂ ਦੀਆਂ ਛੰਨਾ ਜੋ ਤੁਹਾਡੇ ਅੰਦਰ ਇਕੱਠਾ ਸੀ ਨਾ ਸਾਰਾ ਉਡਾ ਕੇ ਲੈ ਜਾਣਾ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਉਡਾਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬੰਦੀ ਦੁਚਿੱਤੇ ਕੀ ਦੋ ਥੂਨ ਘਰਾਨੀ ਜਿਹੜੀ ਡਬਲ ਮੰਡੇਡ ਅੰਦਰ ਥਮੀਆਂ ਸੀ ਨਾ ਅੰਦਰ ਡਬਲ ਮੰਡੇਡ ਦੁਚਿੱਤਾਪਨ ਦੁਚਿੱਤਾਪਨ ਬੰਦੇ ਦੀ ਬੜੀ ਵੱਡੀ ਕਮਜ਼ੋਰੀ ਆ ਜੋ ਚਤਾਪਨ ਬੰਦੇ ਦੇ ਜੀਵਨ 'ਚ ਹੋਵੇ ਨਾ ਉਹ ਕੋਈ ਵੀ ਜ਼ਿੰਦਗੀ ਦਾ ਕੰਮ ਉਹ ਕਾਮਯਾਬ ਨਹੀਂ ਹੋ ਸਕਦਾ ਡਬਲ ਤੁਸੀਂ ਰੋਡ ਪਾਰ ਕਰਨਾ ਹੋਵੇ ਡਬਲ ਮੈਂਡੇਡ ਹੋ ਜਾਓ ਤੁਸੀਂ ਗੱਡੀ ਥੱਲੇ ਆ ਜਾਣਾ ਤੁਹਾਨੂੰ ਡਿਸੀਜਨ ਲੈਣਾ ਪੈਂਦਾ ਅੱਜ ਵੇਖਾ ਜੋ ਓਵਰਟੇਕ ਕਰਦੇ ਆਂ ਆਪਾਂ ਕਈ ਵਾਰੀ ਕਈ ਵਾਰੀ ਬੰਦਾ ਓਵਰਟੇਕ ਕਰ ਲੇਗਾ ਡਬਲ ਮੈਂਡੇਡ ਹੋ ਜਾਂਦਾ ਕਦੀ ਐਕਸੀਲੇਟਰ ਤੇ ਪੈਰ ਦਿੰਦਾ ਵਾ ਫਿਰ ਦਿਮਾਗ 'ਚ ਨਹੀਂ ਪਾਸ ਨਹੀਂ ਹੋਣੀ ਉਹ ਨਹੀਂ ਚਿਰ ਨੂੰ ਗੱਡੀ ਉੱਤੇ ਆਣ ਛੱਡਦੇ ਜਾਂ ਤੇ ਨੱਪ ਕੇ ਕੱਢ ਦੇ ਤੇ ਜਾਂ ਪਾਸ ਸਾਈਡ ਤੇ ਲਾ ਲਾ ਆ ਕਈ ਤੁਸੀਂ ਲਖਿਆ ਡਬਲ ਮੈਂਡੇਡ ਹੋ ਕੇ ਰੋਡ ਪਾਰ ਕਰਦੇ ਆ ਭੱਜ ਕੇ ਰੋਡ ਪਾਰ ਕਰਦੇ ਆ ਅੱਧ ਚ ਫੇਰ ਮੋੜੋਂਦੇ ਉਹਨੇ ਦੇ ਰੂ ਡਰਾਈਵਰ ਗੱਡੀ ਉੱਤੇ ਆਣ ਚੜਦਾ ਉਹ ਤਾਂ ਹੀ ਸਿਆਣਿਆਂ ਦੇ ਕਦੀ ਵੀ ਰੋਡ ਭੱਜ ਕੇ ਪਾਰ ਨਾ ਕਰੋ ਖਲੋਜੋ ਤਾਂ ਕਿ ਡਰਾਈਵਰ ਡਿਸੀਜਨ ਲੈ ਸਕੇ ਕਿ ਇਹ ਬੰਦਾ ਖਲੋ ਗਿਆ ਮੈਂ ਗੱਡੀ ਇੱਧਰ ਦੀ ਖੜਨੀ ਬਹੁਤੇ ਲੋਕ ਡਰਾਈਵਰ ਦੀ ਗਲਤੀ ਨਾਲ ਨਹੀਂ ਆਪਣੀ ਗਲਤੀ ਨਾਲ ਮਰ ਜਾਂਦੇ ਆ ਹੋ ਡਰਾਈਵਰ ਉਚਰਾ ਕਿਧਰ ਲੈ ਕੇ ਜਾਊਗਾ ਇਹ ਦੀ ਸਪੀਡ ਤੇ ਗੱਡੀ ਲੈ ਕੇ ਆ ਰਿਆ ਹੁਣ ਤੁਸੀਂ ਉਹਨੂੰ ਕਹਿੰਦੇ ਜੇ ਜਿਹੜਾ 100 ਦੀ ਸਪੀਡ ਤੇ ਗੱਡੀ ਲੈ ਕੇ ਆ ਰਿਆ 50 90 ਦੀ ਤੇ ਲੈ ਕੇ ਆ ਰਿਆ ਜਿਹੜਾ ਬੰਦਾ ਜੇ ਰੋਡ ਭੱਜ ਕੇ ਪਾਰ ਕਰ ਰਿਆ ਉਹਦੀ ਗਲਤੀ ਕੋਈ ਨਹੀਂ ਪਰ ਫੂਕ ਨਹੀਂ ਫੇ ਗੱਡੀ ਸਾਡੇ ਲੋਕਾਂ ਨੇ ਭੱਜਣਾ ਭੱਜਣਾ ਡਰਾਈਵਰ ਨੂੰ ਹੀ ਪਾਣਾ ਗੱਡੀ ਛੱਡ ਕੇ ਉਹ ਵਿਚਾਰ ਆਪਣੀ ਗੱਡੀ ਆਪਣੀ ਮਸਤੀ ਚ ਲੈ ਕੇ ਆ ਉਹਦੀ ਕੀ ਗਲਤੀ ਉਹ ਤੇ ਆਪਣਾ ਮੇਨ ਹਾਈਵੇ ਤੇ ਜਾ ਰਿਆ ਪਰ ਮਰਿਆ ਕਿਦਾਂ ਆਪਣੇ ਦੁਚਿੱਤੇ ਪਨ ਨਾਲ ਆਪਣੀ ਦੁਬਧਾ ਦੇ ਨਾਲ ਆ ਦੁਬਦਾ ਹੈ ਜਿਹੜੀ ਬੰਦੇ ਨੂੰ ਕਈ ਬੱਚੇ ਨਹੀਂ ਵੇਖਿਆ ਦੁਬਦਾ ਪਤਾ ਮੈਂ ਮੈਟਰ ਦਾ ਕੀ ਕਰਨ ਅਜੇ ਮੈਂ ਡਿਸੀਜਨ ਨਹੀਂ ਲਿਆ ਕੋਈ ਕਾਰੋਬਾਰ ਕੀ ਕਰਨਾ ਅਜੇ ਮੈਂ ਡਿਸੀਜਨ ਨਹੀਂ ਲਿਆ ਸਬਜ਼ੀ ਬਣਾਉਣੀ ਆ ਨਾ ਸ਼ਾਮ ਨੂੰ ਤੁਸੀਂ ਘਰ ਰਾਤ ਨੂੰ ਰੋਟੀ ਪਾਣੀ ਤਿਆਰ ਕਰਦੇ ਭੈਣਾ ਦਿਨੇ ਡਿਸੀਜਨ ਲੈ ਲੈਂਦੇ ਸ਼ਾਮ ਨੂੰ ਕਿਹੜੀ ਸਬਜ਼ੀ ਬਣਾਉਣੀ ਆ ਉਧਰੋਂ ਘਰ ਚ ਕੋਈ ਮਹਿਮਾਨ ਆ ਜੇ ਅਜੇ ਭੈਣ ਦੁਬਦਾ ਚ ਪਈ ਹੋਵੇ ਸਬਜ਼ੀ ਬਣਾਵਾ ਦਾਲ ਬਣਾਵਾ ਕੀ ਬਣਾਵਾ ਉਹਨੇ دیر ਨੂੰ ਰਾਤ ਦੇ 11 ਵਜਾਂ ਤੁਸੀਂ ਕੋਈ ਵੀ ਕੰਮ ਕਰਨਾ ਡਿਸੀਜਨ ਲੈਣਾ ਪੈਂਦਾ ਤੁਹਾਨੂੰ ਜ਼ਿੰਦਗੀ ਚ ਕਾਮਯਾਬੀ ਲੋਕ ਉਹ ਨੇ ਜਿਹੜੇ ਬੋਲੋ ਸਾਰੇ ਜੀ ਡਿਸੀਜਨ ਲੈ ਸਕਦੇ ਇਹ ਡਿਸੀਜਨ ਲੈ ਹੀ ਹੋ ਸਕਦਾ ਜਿਹਦੇ ਅੰਦਰ ਦੁਬਧਾ ਨਹੀਂ ਹੈਗੀ ਦੁਚਿੱਤੇ ਕੀ ਦੋ ਇਥੂਣ ਕਰਾਨੀ ਮੋਹੋ ਬਲੈਂਡਾ ਟੂਟਾ ਤਿਸ਼ਨਾ ਸ਼ਾਨ ਪਰੀ ਧਰਿਓ ਉਪਰ ਦੁਰਮਤ ਭਾਂਡਾ ਰਾਤ ਬੰਦਾ ਕਹਿ ਕੇ ਸੁੱਤਾ ਹੋਏ ਸਿਰੇ ਵਾਕ ਕਰਨ ਜਾਣਾ ਉੱਠ ਪਵੇ ਡਬਲ ਮੈਂਡਡ ਹੋਵੇ ਕਵੇ ਜਾਵਾ ਠੰਡ ਬੜੀ ਨਾ ਜਾਵਾ ਬੇ ਜਾ ਤੂੰ ਸੌ ਹੀ ਜਾ ਨਾ ਤੇਰੀ ਅੱਖ ਲੱਗਣ ਦੀਆਂ ਨਾ ਤੂੰ ਵਾਕ ਕਰਨ ਗਿਆ ਨਾ ਤੇਰੀ ਨੀਂਦ ਪੂਰੀ ਹੋਈ ਜਾਂ ਨਾ ਤੂੰ ਸੈਰੀ ਕੀਤੀ ਆ ਉੱਠ ਉੱਠ 4 ਵਜੇ ਪਿਆ ਸੀ ਘਰ ਜਾਂਦੇ ਗਿਆ ਨਹੀਂ ਕਹਿੰਦਾ ਉੱਠਿਆ ਤਾਂ 4 ਵਜੇ ਦਾ ਸੀ ਤੇਰੇ ਉਹ 4 ਵਜੇ ਦਾ ਅਰਥ ਕੀ ਰਹਿ ਗਿਆ ਇਹਦੇ ਨਾਲ ਚੰਗਾ ਸੋ ਰਾਤ ਕਹਿ ਕੇ ਸੌਂਦਾ ਵੀ ਆਪਾਂ ਰੱਜ ਕੇ ਨੀਂਦ ਪੂਰੀ ਕਰਨੀ ਆਪਾਂ ਜਾਣਾ ਨਹੀਂ ਆ ਨਹੀਂ ਆ ਜਾਨੀ ਕਿ ਉਹ ਡਿਸੀਜਨ ਨਹੀਂ ਲੈ ਸਕਿਆ ਜਿਹੜੇ ਬੰਦੇ ਸੌਣ ਤੇ ਜਾਗਣ ਤੇ ਡਿਸੀਜਨ ਲੈ ਸਕਣ ਉਹਨਾਂ ਨੂੰ ਤੁਸੀਂ ਕਿਤੇ ਵਡੀਆਂ ਆਸਾਂ ਲਾ ਕੇ ਬੋਏ ਤੇ ਸਾਡੀ ਗਲਤੀ ਹੋएगी ਨਾ ਸਾਧ ਸੰਗੇ ਜੀ ਆਓ ਜ਼ਿੰਦਗੀ ਦੇ ਨਿੱਕੇ ਨਿੱਕੇ ਕੰਮ ਆਪਣੇ ਖੁਦ ਕਰਨ ਦੀ ਆਤ ਪਾਈਏ ਆਪਣੇ ਫੈਸਲੇ ਖੁਦ ਆਪ ਕਰੀਏ ਛੋਟੀਆਂ ਛੋਟੀਆਂ ਗੱਲਾਂ ਜ਼ਿੰਦਗੀ ਵਿੱਚ ਆਪ ਕਰਨ ਦੀ ਆਤ ਪਾਈਏ ਇਹ ਸਾਡੇ ਦਿਨ ਮਨਾਏ ਤਾਂ ਸਭਰ ਹੋਣਗੇ ਸਿਰ ਚੁੱਕਦਾ ਪਾਤਸ਼ਾਹ ਦੇ ਚਰਨਾਂ 'ਚ ਜਿਨ੍ਹਾਂ ਨੇ ਪੰਜਾਂ ਕਿੱਲਾਂ ਦੀ ਉਸਾਰੀ ਕੀਤੀ ਚਾਰ ਸਭ ਜਗਾਂ ਦਾ ਜਨਮ ਹੋਇਆ 14 ਜੰਗਾਂ ਲੜੀਆਂ 14 ਜੰਗਾਂ 'ਚ ਇੱਕ ਜੰਗ ਵਿੱਚ ਵੀ ਪਿੱਠ ਨਾ ਲਗਣੀ ਕਿੱਡੀ ਵੱਡੀ ਤਿਆਰੀ ਹੋਏਗੀ ਸਾਬਜਾਦੇਆਂ ਦੇ ਲਾਸ਼ਾਂ ਦੇ ਲਾਗੋਂ ਦੀ ਗੁਜ਼ਰ ਜਾਣਾ ਇੱਕ ਵੀ ਸਾਬਜਾਦੇ ਦਾ ਸੰਸਕਾਰ ਹੱਥੀ ਕਰਨ ਦਾ ਮੌਕਾ ਨਹੀਂ ਮਿਲਿਆ ਇੱਕੇ ਇੱਕੇ ਹਫ਼ਤੇ ਦੇ ਵਿੱਚ ਪਰਿਵਾਰ ਦੇ 5 ਜੀ ਚਲੇ ਜਾਣੇ ਫਿਰ ਵੀ ਪਾਤਸ਼ਾਹ ਜੀ ਚੜ੍ਹਦੀ ਕਲਾ 'ਚ ਰਹਿਣ ਇਸ ਤੋਂ ਵੱਡੀ ਦੁਨੀਆ ਦੇ ਅੰਦਰ ਤੁਹਾਨੂੰ ਚੜ੍ਹਦੀ ਕਲਾ ਦੀ ਮਿਸਾਲ ਕਿਤੇ ਨਹੀਂ ਮਿਲੇਗੀ ਇਸ ਤੋਂ ਵੱਡੀ ਦੁਨੀਆ ਤੇ ਕੋਈ ਮਿਸਾਲ ਨਹੀਂ ਹੋਏਗੀ ਇੱਥੇ ਮਾੜੀ ਜਿਹੀ ਘਟਨਾ ਵਾਪਰ ਜਾਏ ਨਾ ਬੰਦੇ ਡੋਲ ਜਾਂਦੇ ਕੀ ਮਿਲਿਆ ਰੱਬ ਦੇ ਰਸਤੇ ਤੇ ਤੁਰ ਕੇ ਗੁਰੂ ਦੇ ਰਸਤੇ ਤੇ ਤੁਰ ਕੇ ਕੀ ਮਿਲਿਆ ਪਾਸ਼ਾ ਨੇ ਇੱਕ ਵੀ ਸ਼ਿਕਵਾ ਨਹੀਂ ਕੀਤਾ ਇੱਕ ਵੀ ਗਿਲਾ ਨਹੀਂ ਕੀਤਾ ਸਤ ਪੋ ਤੋਂ ਲੈ ਕੇ 13 ਪੋ ਤੱਕ ਘਰ ਦੇ 5 ਜੀ 4 ਸਾਹ ਜਾਦੇ ਮਾਤਾ ਗੁਜਰ ਕੌਰ ਜੀ ਪਰਿਵਾਰ ਦੇ ਜੀ ਜਾਂਦੇ ਨੇ ਪਰ ਪਾਸ਼ਾ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਆਪਣਾ ਜੀਵਨ ਜੀਉਂਦੇ ਨੇ 1700 ਚਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲਾ ਛੜਦੇ ਨੇ ਪਰਿਵਾਰ ਸਮੇਤ ਸਰਸਨ ਅੱਜ ਦੇ ਕੰਢੇ ਜਾਣ ਕੇ ਪਰਿਵਾਰ ਦੇ ਤਿੰਨ ਹਿੱਸੇ ਹੋ ਜਾਂਦੇ ਨੇ ਤੇ 6 7 ਪੋ ਤੋ ਰਾਤ ਛੱਡੀ ਜਾਂਦੀ ਆ ਤੇ 13 ਪੋ ਤੱਕ ਸਭ ਜਾ ਦਿੰਦਾ ਸਨਸਕਾਰ ਵੀ ਹੋ ਜਾਂਦਾ ਛੋਟਿਆਂ ਦਾ ਤੇ 15 ਪੋ ਤੱਕ ਅੰਗੀਠੇ ਦੀ ਸੰਭਾਲ ਵੀ ਕੀਤੀ ਜਾਂਦੀ ਹੈ ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ ਸਾਧ ਸੰਗਤ ਜੀ ਬਾਕੀ 8 ਅਕਤੂਬਰ 1708 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ ਇੱਕ ਵਾਰ ਅਨੰਦਪੁਰ ਸਾਹਿਬ ਛੱਡਿਆ ਦੁਬਾਰਾ ਅਨੰਦਪੁਰ ਸਾਹਿਬ ਜਾਣ ਦਾ ਮੌਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਹੀਂ ਮਿਲਿਆ ਮੈਂ ਤਾਂ ਕਈ ਵਾਰ ਕਹਿੰਦਾ ਨਾ ਸੱਚਾ ਪਾਤਸ਼ਾਹ ਇੰਨੇ ਲਾਇਕ ਸਾਹਿਬ ਜੀ ਆਦੇ ਤੁਹਾਡੇ ਸਾਡੇ ਵਰਗੇ ਨਲਾਇਕਾਂ ਤੋਂ ਵਾਰ ਦਿੱਤੇ ਉਹ ਇੰਨੇ ਲਾਇਕ ਸਨ ਕਿ ਤੁਹਾਡੇ ਹਰ ਹੁਕਮ ਦੀ ਉਹ ਪਾਲਣਾ ਕਰਦੇ ਸੀ ਅਸੀਂ ਕਦਰ ਨਾ ਕਰ ਸਕੇ ਆਓ ਆਪਣੇ ਘਰਾਂ ਵਿੱਚ ਗੁਰੂ ਦੇ ਉਪਦੇਸ਼ ਨੂੰ ਬਾਣੀ ਨੂੰ ਸਿੱਖਿਆ ਨੂੰ ਵਿਚਾਰੀਏ ਖੰਡੇ ਦੀ ਪਾਉ ਲੈ ਕੇ ਗੁਰੂ ਦੇ ਪੁੱਤ ਧੀਆ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਤਾਂ ਕਿ ਅਸੀਂ ਗੁਰੂ ਦੇ ਪਾਏ ਹੋਏ ਪੂਰਨਿਆ ਦੇ ਤੁਰ ਸਕੀਏ ਬਾਣੀ ਦਾ ਸਹਿਜ ਪਾਠ ਆਪ ਕਰੋ ਖੰਡੇ ਦੀ ਪਾਉ ਲਓ ਨਸ਼ਿਆਂ ਤੋਂ ਰਹਿਤ ਹੋ ਕੇ ਸਾਬ ਸੂਰਤ ਹੋ ਕੇ ਗੁਰੂ ਦੀ ਵਿਚਾਰ ਦੇ ਆਪਾਂ ਪਾਂਧੀ ਬਣ ਸਕੀਏ ਗੁਰਸਿੱਖੀ ਮੀਤ ਚੱਲੋ ਗੁਰਚਾਲੀ ਜੋ ਗੁਰ ਕਹੈ ਹਰ ਹਰ ਕਥਾ ਸਾਰਿਆਂ ਦਾ ਧੰਨਵਾਦ ਦਿਲ ਬਹੁਤ ਕਰਦਾ ਤੁਹਾਡਾ ਨਾ ਹੋਰ ਵਿਚਾਰਾਂ ਕਰੀਏ ਪਰ ਸਾਡੀ ਮਜਬੂਰੀ ਹੈ ਦੂਜੇ ਗੁਰਦੁਆਰਾ ਸਾਹਿਬ ਜਾ ਕੇ ਆਪਾਂ ਹੁਣ ਵਿਚਾਰਾਂ ਦੀ ਰਮਤਾ ਕਰਨੀ ਹੈ ਤੁਸੀਂ ਬੜੇ ਪਿਆਰ ਨਾਲ ਸਦਾ ਪੱਤਰ ਦਿੱਤਾ ਅਸੀਂ ਆਪਣੇ ਆਪ ਨੂੰ ਭਾਗਾ ਵਾਲੇ ਸਮਝਦੇ ਹਾਂ ਤੁਸੀਂ ਬੜੇ ਪਿਆਰ ਨਾਲ ਟਿਕਾ ਨਾਲ ਬੈਠ ਕੇ ਵਿਚਾਰਾਂ ਸਰਵਣ ਕੀਤੀਆਂ ਨੇ ਆਓ ਮੇਰੀਓ ਭੈਣੋ ਵੀਰੋ ਬਜ਼ੁਰਗੋ ਬੱਚਿਓ ਨੌਜਵਾਨੋ ਗੁਰੂ ਦੀ ਵਿਚਾਰ ਦੇ ਪਾਂਧੀ ਬਣੀਏ ਤੇ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣੀਏ ਆਪਣਾ ਸਿਰ ਗੁਰੂ ਤੋਂ ਸਵਾਇ ਕਿਸੇ ਅੱਗੇ ਨਹੀਂ ਝੁਕਾਉਣਾ ਜਿੰਨਾ ਮਰਜੀ ਕੋ ਵੱਡਾ ਬੰਦਾ ਆ ਜਾਏ ਫਤਿਹ ਬਲਾਉ ਗੱਜ ਕੇ ਨਾਲੇ ਪਰਖਾ ਜੂ ਕਿ ਆਪਣੀ ਰਿਸਪੈਕਟ ਕਰਾਉਣਾ ਚਾਹੁੰਦਾ ਫਲਾ ਕਿ ਨਹੀਂ ਕਰਾਉਣਾ ਚਾਹੁੰਦਾ ਜੇ ਤੇ ਉਹਨੂੰ ਸਵਾਦ ਆ ਗਿਆ ਗੋਡੀਆਂ ਹੱਥ ਲਵਾਉਣ ਦਾ ਸਮਝ ਲਓ ਵੀ ਕਿਤੇ ਨਾ ਕਿਤੇ ਗੁਰੂ ਬਣ ਦੀ ਇੱਛਾ ਹੈਗੀ ਉਹਦੇ ਦਿਮਾਗ 'ਚ ਤੇ ਜੇ ਉਹਨੇ ਕਿਹਾ ਕੋਈ ਗੱਲ ਨਹੀਂ ਫਤਿਹ ਪ੍ਰਵਾਨ ਆ ਇਹਦਾ ਮਤਲਬ ਉਹ ਵੀ ਝੋਗਿਆ ਵਾ ਪਰ ਅਜੇ ਆਤ ਬੜੀਏ ਭੈੜੀ ਬਿਮਾਰੀ ਆ ਜਿਨ੍ਹਾਂ ਨੂੰ ਗੋਡੇ ਹੱਥ ਲਵਾਉਣ ਦੀ ਆ ਪਰ ਆਓ ਆ ਗਿਆ ਪਈਆ ਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਵਰਨ ਇਥੋਂ ਦੀ ਸਮੂਚੀ ਸੰਗਰ ਦਾ ਪ੍ਰਬੰਧਕ ਕਮੇਟੀ ਦਾ ਸਤਿਕਾਰਯੋਗ ਹੈਡ ਗ੍ਰੰਥੀ ਸਹਿਬਾਨ ਦਾ ਸਾਰਿਆਂ ਦਾ ਧੰਨਵਾਦ ਲਾਈਵ ਕਰਨ ਵਾਲੇ ਵੀਰਾਂ ਦਾ ਧੰਨਵਾਦ ਜਿੰਨੇ ਵੀ ਤੁਸੀਂ ਦੂਰਾਂ ਨੇੜਿਆਂ ਤੋਂ ਚਲ ਕੇ ਆਓ ਸਾਰਿਆਂ ਦਾ ਧੰਨਵਾਦ ਫਤਿਹ ਬੁਲਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ